ਸਵੇਰ ਹੋ ਭਾਵੇਂ ਦੁਪਹਿਰ ਹੋ ਜਾਵੇ ਇਹ ਇਕੱਠੀ ਫੈਸਲਾ ਲਾਉਂਦੇ ਆ। ਆਹ ਚੜ੍ਹਦੇ ਆ ਭਰਾ ਸਾਡੇ ਕਿਤੇ ਇਕੱਠੇ ਫੈਸਲਾ ਲਾਉਂਦੇ ਆ ਕਿਹੜਾ ਆਹੀ ਪਹਿਲਾਂ ਸਾਰੀ ਫਿਕਰ ਮੈਚ ਸ਼ੁਰੂ ਹੋ ਜਾ ਰਿਹਾ ਆਹੀ ਸਾਡੀਆਂ ਜ਼ੋਰਦਾਰ ਤਾੜੀਆਂ ਦੇਣੋ ਕਰਦੇ ਧੂਰੀ ਵਾਲੇ ਨੇ ਜੰਗ ਦਾ ਐਲਾਨ ਕਰਦੇ ਆ ਪਹਿਲੀ ਵਾਰ ਤੇ ਧੂਰੀ ਵਾਲੇ ਹਰਮਨ ਨੇ ਜੰਗ ਦਾ ਐਲਾਨ ਕਰ ਦਿੱਤਾ ਰਣ ਕਹਿੰਦੇ ਛੇ ਦੇ ਵਾਧੇ ਨੇ ਮੁੰਡਾ ਕਹਿੰਦੇ ਆਪਣੀ ਟੀਮ ਨੂੰ ਕਰ ਗਿਆ ਮੇਰੇ ਵੀ ਹੋਰ ਬੇਨਤੀ ਆ ਮਾਣੀ ਮੁਸੀਬਤਾਂ ਦੇ ਰਾਜਾ ਜੀਰਾ ਜੀ ਆ ਜਾਣ ਅਮਰਿੰਦਰ ਕਹਿੰਦਾ ਧਰਤੀ ਦਾ ਮੁੰਡਾ ਬਾਲ ਪਬਲਿਕ ਜਿਹੜਾ ਤਿਆਰ ਮੈਂ ਤਿਆਰ ਹੈ ਫੇਰੀ ਮੈਚ ਹੈ ਜਿੱਤੂ ਕੌਣ ਉਹ ਤੇ ਸਮੇਂ ਦੀ ਗੱਲ ਹੋ ਰਹੀ ਹੈ ਪਰ ਧੂਰੀ ਦਾ ਕਹਿੰਦਾ ਪੱਖਾ ਦੁਨੀਆ ਹਰ ਮਨ ਕਹਿੰਦੀ ਹੈ ਕਦੀ ਹੋ ਗਿਆ ਬਾਲ ਫੇਰ ਆਹ ਬਾਲ ਪਬਲਿਕ ਅਮਰਿੰਦਰ ਕਹਿੰਦੇ ਅਮੀ ਤਿਆਰ ਹੈ ਮੇਰੇ ਵੀਰੇ ਕੋਈ ਐਨੀ ਕਹਿੰਦਾ ਕੋਈ ਅਮਰਿੰਦਰ ਕਹਿੰਦਾ ਮੁੰਡਾ ਕਹਿੰਦਾ ਬਾਲਾ ਪਾਵਲੇ ਕੁੱਪ ਦੀ ਧਰਤੀ ਦਾ ਜਿੱਤੇ ਹੈਪੀ ਵੀ ਆਇਆ ਹੋਇਆ ਤੇ ਚਰਚੇ ਵੱਡੇ ਗੁਰਜੋਤ ਵਰਗੇ ਵੀ ਭੁੱਜੀ ਆ ਖਰਾ ਕਹਿੰਦੇ ਟਿਕਾਣੇ ਆ ਪੱਡੀ ਬਾਲ ਤੇ ਬੱਲੇ 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 ਪੱਖਾ 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 ਧੂਰੀ ਲੋੜਾ ਜੋ ਗਿਆ ਲੋੜਾ ਗਰਮੀ ਆ ਗਈ ਪੱਖੇ ਵੀ ਲੋੜਾ ਕਹਿੰਦੇ ਆਉਣ ਵਾਲਾ ਸਮਾਂ ਧੂਰੇ ਮਾਈ ਦਾ ਸਾਹਮਣੇ ਕਹਿੰਦੇ ਲੋੜਾ ਲੋੜ ਜੱਟ ਵੀ ਐਨ ਕਹਿੰਦੇ ਚਿੱਪ ਕੱਢੂ ਲੱਗਦਾ ਨੇੜੇ ਹੋ ਗਿਆ ਆਹ ਦੁੱਖ ਟੁੱਟਣਗੇ ਬਸ ਸਾਹਮਣੇ ਬਾਲ ਪੁਰਲੀ ਮੁੰਡਾ ਕਹਿੰਦੇ ਫੇਰ ਧੂਰੀ ਵਾਲਾ ਕਹਿੰਦੇ ਪੱਖਾ ਮੇਰੇ ਵੀਰੋ ਹਰਮਨ ਕਹਿੰਦੇ ਸਾਹਮਣਾ ਕਰਨ ਲਈ ਤਿਆਰ ਬੱਲੇ 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 ਸਾਹਮਣੇ ਕਹਿੰਦੇ ਕਿਰਨ ਦਾ ਵਾਧਾ ਜਿਹੜਾ ਮੁੰਡੇ ਨੇ ਕਹਿੰਦੇ ਕਰ ਦਿੱਤਾ ਅਸੀਂ ਟੀਮ ਨੇ ਮਰੀਜ਼ਾਂ ਵਿੱਚ ਸਕੋਰ ਜਿਹੜਾ ਖਿਡਾਰੀ ਨੇ ਜੋਰ ਪਾ ਰਾਜਾ ਵੀਰਾ ਮਣੀ ਮੁਸੀਬਤਾਂ ਇਹ ਭਰਾ ਜਾਣ ਰਿਕੁਐਸਟ ਆ ਗਈ ਹੱਥ ਜੋੜ ਕੇ ਆਹ ਚਰਚੇ ਜਿੱਥੇ ਵੀ ਸਾਡੇ ਵੀਰ ਆਏ ਦੋਵੇਂ ਅੱਗੇ ਮੈਚਾਂ ਤੋਂ ਸਾਡਿਆ ਪਾਉਣਗੇ ਲਾ ਪੰਡੀ ਨਾਲ ਬੱਲੇ 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 ਹੱਪੀ ਹੱਪੀ ਖੁੱਡ ਪਾਉਣਾ ਟੋਬਰੀ ਫੀਲ ਕਰ ਰਿਹਾ ਮੇਰੇ ਵੀਰੇ ਲਾਓ ਸਾਹਮਣੇ ਕਹਿੰਦੇ ਸੋਹਣੀ ਬਾਲ ਆ ਜਿਹੜੀ ਮੁੰਡੇ ਨੇ ਆ ਗਈ ਪਾਰ ਕੀ ਆ ਅਮਰਿੰਦਰ ਆ ਮੁੰਡਾ ਇਹ ਬੜੇ ਲੰਮੇ ਸਮੇਂ ਤੋਂ ਕਹਿੰਦੇ ਖੇਡ ਦੇ ਨਾਲ ਇਹ ਜੁੜਿਆ ਹੋਇਆ ਹੈ ਤੇ ਮੁੰਡੇ ਨੇ ਕਹਿੰਦੇ ਮੇਰੇ ਵੀਰੇ ਐਨ ਕਮਾਲ ਕੀਤੀ ਇਹਨਾਂ ਗਰਾਊਂਡਾਂ ਦੇ ਵਿੱਚ ਬੰਗੋ ਬੰਗੋ ਭੱਜਲਾ 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 ਗੀਤੇ ਨੂੰ ਹੱਥ ਫੇਰ ਪਾਇਆ ਹੋਇਆ ਤੇ ਰੁਕੋ ਨਾ ਬੋਲੋ ਆਹ ਸਾਹਮਣੇ ਜਿਹੜੇ ਚਾਹ ਆਹ ਚੜਦੇ ਆ ਚੜਦੇ ਦੁੱਖ ਤੋੜੂ ਦੁੱਖ ਤੋੜੂ ਭੁੱਲ ਆਇਆ ਹੋਇਆ ਫਿਲਾ ਕਹਿੰਦੇ ਟਿਕਾਣੇ ਆ ਫਲਾ ਪੌੜੇ ਨੀ ਹੋਰ ਕਹਿੰਦੇ ਤਿਆਰ ਔਰ ਤਿਆਰਾ ਮਰੀ ਨਸੀਬਾਂ ਜੀ ਆ ਜਾਣ ਆਹ ਸਾਹਮਣੇ ਕਹਿੰਦੇ ਪਹਿਲਾਂ ਹੋਰ ਸਮਾਪਤ ਆਇਆ ਲੱਕੀ ਪੁਰਬਾ ਦੀ ਕੀ ਹੋਇਆ ਲੱਗੀ ਬੜੀ ਭੁੱਖੇ ਇੱਥੋਂ ਹੀ ਕਹਿੰਦੇ ਆ ਗੁਪਤਾ ਮਲਿਕਾ ਤੇ ਜੱਸਾ ਭਰਾਸਾ ਦਾ ਕਹਿੰਦੇ ਜੋਧਾ ਦਾ ਜਿਹੜਾ ਕੈਨੇਡਾ ਦੇ ਵਿੱਚ ਬੈਠਾ ਉਹ ਕਹਿੰਦਾ ਵੀ ਹਰ ਇੱਕ ਨਜ਼ਰ ਮੰਗੋਗੀ 1000 ਦੀ ਨਵੀਂ ਹੀਰੋ ਦਾ ਕਰ ਦਿਓ ਉਧਰਲੇ ਪਾਸੋਂ ਜੀਵਨਪੁਰ ਦੀ ਧਰਤੀ ਦਾ ਬੰਗੋ ਬਾਲਾ ਪਾਉਣ ਦੇ ਲਈ ਤਿਆਰ ਹੈ ਆਹ ਮੁੰਡਾ ਮੁਖੀਆਂ ਦਾ ਦਰਸ਼ਨ ਮਾਣ ਕਰਦਾ ਮੁੰਡੇ ਦੀ ਖੇਡ ਦੇ ਉੱਪਰ ਸਤਿਆਣੇ ਵਾਲਾ ਰੁੱਖ ਮਦਾਨ ਕਰਦਾ ਪਰ ਬੱਲੇ 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 ਆਓ 200 ਹੋਰ ਕਰ ਦਿਓ ਆਸ ਇਨਕਮ ਟੈਕਸ ਵਾਲਾ ਕਿੰਨਾ 200 ਹੋਰ ਕਰ ਦਿਓ 1200 ਰੁਪਇਆ ਬਤਾ ਲਾ ਰਿਹਾ ਹੈ ਮੇਰੇ ਵੀਰੋ ਅਰਸ਼ ਭਰਾ ਇਨਕਮ ਟੈਕਸ ਵਾਲਾ ਗਈ ਹੈ ਸਾਡਾ
ਸਾਰੇ ਵੀਰਾਂ ਦਾ ਧੰਨਵਾਦ ਹੈ। ਵੱਡੀ ਵਿਕਟ ਆਊਟ ਕਰ ਲਈ ਹੈ ਜੀਵਨ ਪ੍ਰੀਤ ਡੋਗਰੇ ਨੇ। ਉਧਰਲੇ ਪਾਸੇ ਕੋਪਕਰਾਂ ਦੀ ਟੀਮ ਖੇਡ ਰਹੀ ਹੈ, ਡੇਰਾ ਕੋਪ ਦੀ ਚਰਚਾ ਆਉਂਦੀ ਹੈ, ਵੱਡਾ ਕੱਪ ਕਰਾਉਂਦੇ ਆ, ਹੈਪੀ ਵੀ ਭਜਾਇਆ, ਵੱਡਾ ਖਿਡਾਰੀ ਹੈ ਮੇਰੇ ਵੀਰੋ। ਪਰ ਇਧਰਲੇ ਪਾਸੇ ਵਰਿੰਦਰ ਵਰਗੇ ਦੀ ਗੱਲ ਹੈ, ਉਹਦੇ ਲਾਡੀ ਵਰਗੇ ਜਾਣ ਵਸਤੇ ਵਿੱਚ ਕੈਨੇਡਾ ਦੇ ਲੋਕ ਜਿਹੜੀ ਬਾਲ ਪਾਉਣ ਦੇ ਲਈ ਕਰ ਰਹੇ ਤਿਆਰ ਤੇ ਸੋਨੀ ਨਹੀਂ ਕਰਦੇ ਗੱਲ। ਹਾਂ ਸਭ ਨੇ ਬਾਲ ਪਾਲੀ ਬਣਾ ਕਹਿੰਦੇ ਤਿਆਰ ਪਰ ਤਿਆਰ ਬੋਂਗੋ ਜੀਵਨਪੁਰ ਦੀ ਧਰਤੀ ਦਾ ਵੱਡਾ ਯੂ ਐਸ ਏ ਖੇਡਿਆ ਬਟ ਟੱਪਰੀ ਅਮਰ ਸਿੰਘ ਟੀਮ ਦਾ ਕਹਿੰਦੇ ਮੇਨ ਖਿਡਾਰੀ ਹੈ, ਕੈਪਟਨ ਹੈ, ਪਰ ਸਿਹੜਾ ਸਾਹਮਣੇ ਹੈ ਇਹ ਯੂ ਐਸ ਏ ਖੇਡਿਆ ਬਟ ਦੁਆਬੇ ਦੀ ਟੀਮ ਦਾ ਕਹਿੰਦੇ ਕੈਪਟਨ ਹੈ, ਇਹ ਹਰਮਨ ਕਹਿੰਦੇ ਧੂਰੀ ਵਾ ਵੱਡਾ ਮਾਲ ਸਨੀ ਹੈ ਆਪ ਕਹਿੰਦੇ ਚੱਲਦਾ ਕਵੀ ਗਾਰੇ ਬਾਲ ਪਾਲੀ ਬੜਾ ਫੋਨ ਸਾਇਲੈਂਟ ਬਾਬੂ ਉਹਦੇ ਬਾਰਨਰ ਦੀ ਅੱਖਾਂ ਦੇ ਵਿੱਚ ਸ਼ੀਸ਼ੇ ਪਾ ਰਹੇ ਗੱਡੀਆਂ ਜਿਹੜੇ ਭਰਾਵਾਂ ਦੀਆਂ ਪਾਸੇ ਕਰੀਆਂ ਨੇ, ਉਹੀ ਦੇਖਦੀ ਹੈ ਜਿਹੜੇ ਵੀਰਾਂ ਦੀ ਗੱਡੀਆਂ ਖੜੀਆਂ ਪਾਸੇ ਕਰ ਲੈਣ ਜਿਹੜੇ ਤੇ ਸੂਰਜ ਪੈਂਦਾ ਤੇ ਮੇਰੇ ਵੀਰੇ ਬਾਲ ਨਹੀਂ ਦਿਖਦੀ ਜੀਵਨ ਪੁਰੀ ਵਾਂਗੂ ਫੇਰ ਗਰਾਊਂਡ ਦੇ ਅੰਦਰ ਬਾਲਾਂ ਤਿਆਰ ਹੈ, ਉਹਦੇ ਵੀਰਾਂ ਦੀਆਂ ਗੱਡੀਆਂ ਹੱਥ ਜੋੜ ਕੇ ਬੇਨਤੀਆਂ ਵੀ ਪਾਸੇ ਕਰ ਲੈਣਗੇ। ਆਹ ਧੂਰੀ ਵਾਲਾ ਹਰਮਨ ਮੇਰੇ ਵੀਰੋ ਫੇਰ ਮੈਦਾਨ ਦੇ ਅੰਦਰ ਬਾਲਾਂ ਦਾ ਸਾਹਮਣਾ ਕਰਦਾ ਹੈ, ਇਹਨੇ ਕਈ ਮੋਟਰਸਾਈਕਲ ਦਿੱਤੇ ਹੈ, ਅਕਸਰ ਝੋਟੀਆਂ ਦਾ ਜੇਤੂ ਹੈ, ਜਿਹਨੇ ਸੰਗਰੂਰ ਦਾ ਮਾਣ ਹੈ ਇਹਦਾ ਕਹਿੰਦੇ ਮੇਰੇ ਵੀਰੋ ਜੱਦੀ ਪਿੰਡ ਭੁੱਲਰੇ ਦੀ ਆਹ ਮੁੰਡਾ ਧੂਰੀ ਦੀ ਧਰਤੀ ਦਾ ਹਰਮਨ ਅੱਜ ਦੇ ਖੇਡ ਮੇਲੇ ਦੇ ਉੱਪਰ ਖੇਡਦਾ ਨਜ਼ਰ ਆਉਂਦਾ ਹੈ। ਆਹ ਮਾਣ ਕੀਤਾ ਮੁੰਡਿਆਂ ਨੇ, ਪਿੰਗਵਾਲੀ ਵਾਲਿਆਂ ਨੇ ਮਾਣ ਕੀਤਾ, ਪਰ ਸਾਹਮਣੇ ਜੀਵਨਪੁਰੀ ਬੋਂਗੋ ਵਾਲਾ ਪਾਉਂਦਾ ਹੈ, ਨਵੀਂ ਨਵੀਂ ਵੇਖ ਆਓ ਸਾਹਮਣੇ ਸਾਹਮਣੇ ਬੜਾ ਬੰਨੇ ਬੰਨੇ ਕਰਵਾਉਣਾ ਦੋਨੇ ਕਹਿੰਦੇ ਕਲੱਬਾਂ ਦੇ ਕੈਪਟਨ ਹੈ, ਪਰ ਦੋਨੇ ਆਪੋ ਸਾਹਮਣੇ ਜਿਹੜੇ ਕਹਿੰਦੇ ਹੋ ਗਏ ਹੈ ਹੁਣ ਪੰਨ ਮਾਰਦੇ ਜੱਸਾ ਕਹਿੰਦੇ ਜੋਧਾ ਕੈਨੇਡਾ ਗੁਰਜੀਤ ਤੇ ਨਾਲ ਕਹਿੰਦੇ ਗੁੱਪਾ ਭਰਾ ਸਾਡਾ ਇਹਨਾਂ ਪੱਲੋ ਕਹਿੰਦੇ ਕਿਹੜੀ ਇੱਕ ਵਿਕਟ ਦਾ 2000 ਦਿੱਤਾ ਜਾਵੇਗਾ, ਦੋਨੋਂ ਨੇ ਇੱਕ ਵਿਕਟ ਦੇ ਰੁਪਈਆ 2000 ਜਿਹੜਾ ਦਿੱਤਾ ਜਾਵੇਗਾ। ਫਲ ਪਰੀਏ ਪਰ ਸਾਹਮਣੇ ਆਵਾ ਦਿਮਾਗ ਲਾਈ ਕਰੇ ਆਉਂਦਾ ਹੈ ਵੀ ਜੀਵਨਪੁਰੀ ਨੂੰ ਰੋਕ ਕੇ ਖੇਡ ਲਈਏ, ਪਿਛਲੇ ਓਵਰਾਂ ਦੇ ਵਿੱਚ ਰਨ ਮਾਰੂਗਾ, ਸਾਹਮਣੇ ਆਵਾ ਦਿਮਾਗ ਲਾਈ ਕਰੇ ਆਉਂਦਾ ਹੈ ਵੀ ਭੁੱਲਰ ਪਰਿਵਾਰ ਜੀ ਦੇ ਉੱਤੇ ਕਰਦਾ ਮਾਣ ਜੀ, ਨਾਮ ਇਹਦਾ ਹਰਮਨ ਸ਼ਹਿਰ ਇਹਦਾ ਧੂਰੀ ਟਾਸਕੋ ਕ੍ਰਿਕਟ ਵਿੱਚ ਜਿਹਦੀ ਵੱਖਰੀ ਹੈ ਸ਼ਹਿਰ ਜੀ, ਇਹ ਸਾਊ ਜਿਹਾ ਸੁਭਾਅ ਇਹਦਾ, ਇਹ ਛੱਕੇ ਲਾਉਣ ਦਾ ਸ਼ਕੀਨ ਹੈ, ਇਹ ਥੋੜਾ ਜਿਹਾ ਘੱਟ ਬੋਲਦਾ ਆਪਣੀ ਜ਼ਿੰਦਗੀ ਜਿਉਣ ਚ ਸੀਨ ਹੈ, ਇਹ ਥੋੜਾ ਜਿਹਾ ਘੱਟ ਬੋਲਦਾ ਆਪਣੀ ਜ਼ਿੰਦਗੀ ਜਿਉਣ ਚ ਸੀਨ ਹੈ, ਪਰ ਧੂਰੀ ਵਾਲਾ ਹਰਮਨ ਦਿਮਾਗ ਲਾਈ ਕਰੇ ਆਉਂਦਾ ਹੈ। ਉਧਰ ਜਸਵੰਤ ਕੈਨੇਡਾ ਨਵੀਂ ਪਨੇਰ ਆਸਟ੍ਰੇਲੀਆ ਬੱਲਾ ਫੌਜੀ ਜਦ ਤੱਕ ਕੋਚ ਆ ਵੀਰ ਹੈ ਸਾਡਾ ਅਮਨ ਕੈਨੇਡਾ ਇੱਧਰ ਸ਼ੇਖ ਦਾ ਅਰਸ਼ ਪਨੇਰ ਅਰਸ਼ ਪਨੇਰ ਜਸਪ੍ਰੀਤ ਦੁਸ਼ਮਣ ਗਗਨ ਕੈਨੇਡਾ ਲਵੀ ਚਹਿਲ ਅਵੀ ਵਰਗੇ ਜੋਬਰ ਵਰਗੇ ਗੁਰਜੰਤ ਵਰਗੇ ਹਰਵਿੰਦਰ ਵਰਗੇ ਪੰਡਿਤ ਵਰਗੇ ਸੁੱਖੇ ਪਾਲੋ ਵਰਗੇ ਭਗਤ ਸਾਡਾ ਵੀਰ ਹੈ ਤੇ ਗਗਨ ਕੈਨੇਡਾ ਜਾਤੀ ਸੋਲ ਪ੍ਰਗਟ ਸਰਪੰਚ ਜੱਗਾ ਪਨੇਰ ਜਤਿੰਦਰ ਸਿਆਲ ਤੇ ਅਮਨ ਬੀਜੀ ਗਗਨ ਵੀਰ ਦਾ ਧੰਨਵਾਦ ਕਰ ਰਹੇ ਹੈ। ਉਹ ਸਮਾਪਤ ਹੈ ਦਰਸ਼ਕ ਜੀ ਕਹਿੰਦੇ ਆ ਕੇ 19 ਰਨ ਜਿਹੜੇ ਮੇਰੇ ਵੀਰੋ ਸਭ ਸਾਹਮਣੇ ਦੋ ਓਵਰ ਤੋਂ 19 ਹੋ ਗਿਆ, 2 ਰਨ ਦੇ ਓਵਰ ਭਾ ਦਿੱਤਾ ਹੈ, ਫੋਟੋ ਕਹਿੰਦੇ ਬੱਲੇ ਬੱਲੇ ਕੇ ਆ ਗਿਆ ਹੈ, ਫੈਸਲੇ ਫੱਟੇ ਖੜੇ ਹੈ, ਭੋਲਾ ਕਹਿੰਦੇ ਭਾਸ਼ਣਾ ਮਾਰ ਸਾਡੀ ਜ਼ਿੰਦਗੀ ਦਾ ਇੱਕ ਜਗਜੀਤ ਭੋਲਾ ਸੀਗਾ ਜਿਹਦਾ ਪਿੰਡ ਦੇ ਵਿੱਚ ਰਾਵੀ ਰਾਜੇ ਫੱਡੀ ਵਰਗ ਲੱਗੀ ਹੈ, ਇਹਦਾ ਫੱਡਾ ਕਰਤਾ ਆਪ ਹੈਗਾ ਗੁਰਜੀਤ ਪ੍ਰਧਾਨ, ਉਹ 5-5 ਦੇ ਲਈ ਅਮਰ ਆ ਗਿਆ, ਪੁੱਛ ਰਿਹਾ ਕਿਹਦੇ ਲਈ ਆ ਔਰ ਖਿਲਾੜੀ ਹੋਣਗੀਆਂ। ਆਹ ਜੀਵਨ ਪੁਰੀਏ ਬੋਂਗੋ ਲਈ ਭੇਜਦਾ ਆ ਰਿਹਾ ਹੈ,
ਇਹ ਗੁਰਜੀਤ ਹੈ ਜੋਧਾਂ ਵਾਲਾ, ਵੱਡੇ ਮਾਨ ਕਰ ਰਿਹਾ ਇਧਰਲੇ ਪਾਸੇ ਲੈ ਵੀ ਜੀਵਨਪੁਰੀਆ ਤੇਰੇ ਲਈ ਵੱਡੇ ਮਾਨ ਸਨਮਾਨ ਪੇਜੇ ਕੀਤੇ ਹੈ। ਜੋਧਾਂ ਵਾਲਾ ਜੱਸਾ ਮਾਨ ਕਰਦਾ ਹੈ, ਆਰਨਾਲਡੋ ਦੇ ਪੰਮ ਵਰਗੇ USA ਦੇ ਗੋਟੇ ਵਰਗੇ ਮਾਨ ਕਰਦੇ ਹੈ, ਮੇਲਾ ਚੱਲ ਰਿਹਾ ਸਾਹ ਦੀ ਧਰਤੀ ਹੈ, ਸੰਤ ਬਾਬਾ ਮੀਸਾ ਸਿੰਘ ਖੇਡ ਸਟੇਡੀਅਮ ਹੈ, ਆਹ ਦਰਸ਼ਕਾਂ ਦਾ ਭਾਰੀ ਇਕੱਠ ਹੈ, ਆਹ ਸਿੱਖ ਸਰਦਾਰ ਗੱਭਰੂ ਹੈ ਵੀ ਫੁੱਲਾਂ ਉੱਤੇ ਹਰ ਕੋਈ ਸਾਹ ਲੈਂਦਾ ਕੰਡਿਆਂ ਤੇ ਸਾਹ ਔਖਾ ਹੈ, ਦਸ਼ਮੇਸ਼ ਪਟਾਲੇ ਪੁੱਤ ਚਾਰ ਬਾਰੇ ਪਰ ਧੂਰੀ ਵਾਲਾ ਹਰ ਵਾਰ ਇੱਧਰ ਬੱਲੇ ਬੱਲੇ ਕਰਵਾਉਂਦਾ ਹੋਇਆ ਰੰਗ ਦੇ ਛੇ ਆਪਣੇ ਹਿੱਸੇ ਬਣੇ ਕਦੇ ਜੋਰ ਦਿੱਤੇ ਹੈ ਤਾਂ ਮਨ ਪੈਣ ਛੁਰੀ ਦਾ ਵੀ ਜਿਹੜੇ ਲੈ ਗਏ ਮੇਹਰ ਬੱਠ ਗਏ ਤੁਹਾਡੇ ਜੋਰ ਜਵਾਨਾਂ ਦਾ ਜਿਹੜਾ ਭਰਿਆ ਬੇਲਾ ਲੁੱਟ ਗਏ ਇਹ ਅੜੀਅਲ ਧੋਰੇ ਨੂੰ ਪਰ ਹੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਆਓ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਅੱਜ ਦਾ ਫਿਰ ਵੇਲਾ ਆਹ ਧੋਰੀ ਵਾਲਾ ਫਰਮਨ ਆਹ ਉਹਨਾਂ ਦੀ ਉਡੀਕ ਕਰ ਰਿਹਾ ਸੀਗਾ ਆਹ ਉਹਨਾਂ ਦੇ ਵਿੱਚ ਰਨ ਬਣਾਉਣੇ ਹੈ ਆਹ ਭਾਰ ਦਿੱਤਾ ਛੱਕਾ ਮੁੰਡੇ ਨੇ ਅਮਰਿੰਦਰ ਦੀਆਂ ਬਾਲਾ ਤਾਂ ਧੋਰੀ ਵਾਲਾ ਫਰਮਨ ਹੋਰ ਕਹਿੰਦਾ ਹੈ ਵੀ ਹੋਰ ਛੱਕੇ ਧੋਕਿਆਂ ਦੇ ਗੱਲ ਮੁੱਕੂਗੀ ਉਧਰਲੇ ਪਾਸੇ ਵੱਡੀ ਜ਼ਿੰਮੇਵਾਰੀ ਹੈ ਸੈਮੀ ਫਾਈਨਲ ਮੁਕਾਬਲਾ ਚੱਲ ਰਿਹਾ ਹੈ 1 ਲੱਖ ਰੁਪਇਆ ਦੇਣਾ ਸ਼ਹਿਰ ਦੇ ਕੱਪ ਦੇ 1 ਲੱਖ ਰੁਪਏ ਦੇ ਫੈਸਲੇ ਪੱਖੇ ਦੀ ਸੋਚ ਬੰਦ ਕਰ ਦਿੱਤੀ ਹੈ ਇਧਰਲੇ ਪਾਸੇ ਕਹਿੰਦੇ ਮੇਰੇ ਵੀਰੋ ਅਮਰਿੰਦਰ ਇਸ ਸਮੇਂ ਬੱਲੇ ਬੱਲੇ ਕਰ ਆ ਗਿਆ ਵੀ ਜੇ ਕੋਈ ਮੰਗਲੇ ਪਿਆਰ ਨਾਲ ਜਾਣਗੇ ਅਸੀਂ ਕੁਰਬਾਨ ਨੀ ਅੱਖਾਂ ਬੰਨ ਕੇ ਨਿਸ਼ਾਨੇ ਤੀਰ ਲਾਉਣਾ ਜਾਣਦੇ ਅਸੀਂ ਉੱਡ ਕੇ ਪਰਿੰਦਿਆਂ ਨੂੰ ਲਾਹੌੜਾ ਜਾਣਦੇ ਉੱਡ ਕੇ ਪਰਿੰਦਾਂ ਦੇ ਬੱਲ ਵੀ 200 ਜੀ ਦੇ ਖੱਤੇ ਬਾਹਰ ਜਿਹੜੇ ਸਾਡੇ ਭਰਾ ਵਾਲੇ ਕਦੇ ਪਹੁੰਚੇ ਆ ਬੱਲ ਵੀ ਕਦੇ 200 ਦੇ ਖੱਤੇ ਬਾਹਰ ਜਿਹੜੇ ਕਦੇ ਪਹੁੰਚੇ ਆ ਚਾਰ ਬੱਲਾਂ ਹੋਈਆਂ ਨੇ ਦੋ ਛੱਕੇ ਤਿੰਨ ਛੱਕੇ ਵੱਜ ਗਏ ਇੱਕ ਆਊਟ ਖੇਡ ਦੇ ਮੈਦਾਨ ਵਿੱਚ ਲਗਾਤਾਰ ਛੱਕੇ ਵੱਡੇ ਕਦੇ ਹੁੰਦੇ ਦੋ ਛੱਕੇ ਲਗਾਤਾਰ ਦੋ ਹਰਮਨ ਆਊਟ ਮੇਰਾ ਮੁੰਡੇ ਦਾ ਛੱਕਾ ਜਿਹੜਾ ਕਦੇ ਪਤਾ ਹੈ ਹਰ ਗੱਲਾਂ ਵੀ ਫੜੀ ਹੋਈ ਹੈ ਫੈਸਲੇ ਹੋ ਗਏ ਪਰ ਸਾਡੇ ਅਗਲੀ ਬਾਲ ਰਾਜੇ ਫੇਰ ਬਣ ਜਾ ਰਹੀ ਹੈ ਆਹ ਰਵੀ ਕੈਨੇਡਾ ਵਾਲਾ ਮੇਰੇ ਵੀਰ ਫੇਰ ਮੈਦਾਨ ਦੇ ਅੰਦਰ ਖੇਡਦਾ ਨਜ਼ਰ ਆਉਂਦਾ ਹੈ ਤੰਗ ਵਾਲੀ ਪਿੰਡ ਹੈ ਲੱਗਿਆ ਹੈ ਕੈਨੇਡਾ ਦੇ ਵਿੱਚ ਵੀ ਤਗੜਾ ਖੇਡੇ ਆ ਮੁੰਡੇ ਪਰ ਇੱਧਰਲੇ ਪਾਸੇ ਅਮਰਿੰਦਰ ਬਾਲਾ ਪਾਉਂਦਾ ਹੈ ਕੁੱਪ ਕਰਾ ਤੇ ਇੰਨਾ ਪਰ ਇੱਕ ਆਊਟ ਕਰਾਤਾ ਮੈਨੂੰ ਲੱਗਦਾ ਹਾਏ ਉਹ ਮੇਰਿਆ ਰੱਬਾ ਦੇਸੀ ਇੰਜਨ ਵਰਾਇਟੀ ਡੱਬਾ ਗੱਡੀ ਆਊਟ ਲਾਈਨ ਤੇ ਚੜ ਗਈ ਪਰ ਕੈਨੇਡਾ ਵਾਲਾ ਆਹ ਬਚ ਗਿਆ ਰਨ ਆਊਟ ਹੋਣੋਂ ਇੱਕ ਜੀਵਨ ਦਾਨ ਮਿਲ ਗਿਆ ਟੌਂਗਾ ਵੀ ਵਾਲਿਓ ਇੱਥੇ ਆ ਕੇ ਗਲਤੀਆਂ ਕੀਤੀਆਂ ਤੇ ਫਿਰ ਘਰ ਨੂੰ ਮੁੜਨਾ ਪਊਗਾ ਭਾਰੀਆਂ ਬਣੀਆਂ ਕੁਛ ਪਾਲਿਓ ਪਰ ਸਭ ਰਗਲੀ ਬਾਲ ਜਿਹੜਾ ਫੇਰ ਜਿਹੜਾ ਪਿਆਰ ਹੈ ਉਹ ਸਿਰੇ ਦੀਆਂ ਬਾਲਾਂ 3 ਸਮਾਪਤ ਓਵਰ 3 ਸਮਾਪਤ ਅੱਤੀ ਰਨ ਮੇਰੇ ਵੀਰੇ ਫੇਰ ਮੈਦਾਨ ਦੇ ਅੰਦਰ ਵੜ ਗਏ ਨੇ 3 ਓਵਰ 36 ਸਕੋਰ ਜਿਹੜੇ ਬਣ ਚੁੱਕੇ ਆ ਬਾਲ ਸੇਖਾ ਵੀ ਅੱਜ ਸਵੇਰ ਦੇ ਦਿਖੇ ਨਹੀਂ ਵੀ ਕਿਹੜੇ ਵਾਲੇ ਪਾਸੇ ਬੈਠੇ ਨੇ 3 ਓਵਰ 36 ਸਕੋਰ ਜਿਹੜੇ ਬਣ ਗਏ ਸਾਹ ਦੇ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਧੰਨਵਾਦ ਹੈ ਵੀ ਮੇਲਾ ਕਰਦੀ ਦੁਨੀਆ ਮੇਲਾ ਬੜਾ ਝਮੇਲਾ ਕੰਮ ਵਾਲੇ ਕੋਈ ਫੁਰਸਤ ਹੈ ਨੀ ਮੌਜੂਦ ਆਵੇ ਵੇਲਾ ਚੋਰ ਚੱਕੇ ਬੜੇ ਚੌਧਰੀ ਗੁਰੂ ਕੇਲਾ ਕਰਕ ਨੂੰ ਖਾ ਗਿਆ ਗੁੱਲੀ ਡੰਡਾ ਮਰਮੇ ਨੂੰ ਖਾ ਗਿਆ ਬੜਾ
ਖਾਣਗੇ ਖਾ ਗਏ ਬਾਬੇ, ਪਰ ਖਾਲੀ ਪਿਆ ਤਬੇਲਾ ਕਿ ਪਹਿਲਾਂ ਤਾਂ ਪਰਹੇਜ ਨਹੀਂ ਕੀਤਾ, ਹੁਣ ਮੰਗਦਾ ਗਜਰੇਲਾ ਕਿ ਮਿੱਠਾ ਮਿੱਠਾ ਖਾ ਕੇ ਸ਼ੂਗਰ ਹੋਈ, ਫਿਰ ਖਾਣਾ ਪਿਆ ਤਰੇਲਾ ਕਿ 100 ਬਾਂਦਰ ਜੇ ਲਗਾਉਣੇ ਹੋਣ ਤੇ ਹੀਰਾ ਵਾਲਿਆ ਫਿਰ ਇੱਕ ਵਿਖਾ ਦੇ ਕੇਲਾ, ਤੂੰ ਮੌਜਾ ਲੁੱਟ ਮਿੱਤਰਾ ਤੇ ਦੁਨੀਆਂ ਚਲੋ ਚਲੀ ਦਾ ਮੇਲਾ ਨਾ ਹਰਿਆਣੇ ਵਾਲਾ ਇਹਦਾ ਉਚਾਰਾ ਪੇਂਡਾ ਮੇਰੇ ਵੀਰੋ ਨਾਰਨਰ ਨਾਮ ਹੈ, ਆਹ ਮੁੰਡਾ ਵੀ ਕਹਿੰਦੇ ਦੁਨੀਆਂ ਦਾ ਵੱਡਾ ਵਾਲ ਬਣ ਗਿਆ, ਬਾਕੀ ਬਾਕੀ ਹਰਿਆਣੇ ਦਾ ਵੱਡਾ ਵਾਲਾ ਮੀਰੀ ਪੀਰੀ ਖਿਲਗਾ ਨੂੰ ਸੁਧਾਰਨ ਪਰ ਭਾਵੀ ਟੀਮ ਦਾ ਖਿਡਾਰੀ ਹੈ, ਪਹਿਲੋ ਕਹਿੰਦੇ ਪੱਤੋ ਜੋ ਫੋੜ ਸ਼ੇਰਪੁਰ ਨੂੰ ਨਾਲ ਜਾਣਾ ਮੇਰਾ ਲੜੀ ਜੋਡੀ ਬੱਚੀ ਨਾਲਗੇ ਵਿੱਚ ਹਿੰਦ ਦੇ ਵਿੱਚ ਧਰਤੀ ਦਾ ਮਾਰਨੇ ਖੋਜ ਟਰੈਕਟਰਾਂ ਦਾ ਆਹ ਮੋਟਰਸਾਈਕਲਾਂ ਦਾ ਜਿੱਤ ਖਿਡਾਰੀ ਹੈ, ਹਰਿਆਣੇ ਦੇ ਵਿੱਚੋਂ ਚੱਲ ਕੇ ਆਇਆ ਔਰ ਮਾਣ ਕੀਤਾ ਕੁੱਪਕਲਾਂ ਵਾਲਿਆਂ ਨੇ, ਵੱਡੀ ਟੀਮ ਬਣਾਈ ਹੈ ਹੈਪੀ ਨੇ, ਕੁੱਪਕਲਾਂ ਦਾ ਲਾਡੀ ਕਨੇਡਾ ਵੀ ਖੇਡਿਆ ਇੱਥੇ ਵੀ ਆ ਗਿਆ, ਇੱਕ ਵਰਗੇ ਦੀ ਗੱਲ ਹੁੰਦੀ ਹੈ ਨਾ ਇੱਧਰ ਨੂੰ ਪਾਸੇ, ਆਹ ਮੁੰਡਾ ਟੁੰਡ ਵਾਲੀ ਪਿੰਡਾ ਹੈ ਜਿਹੜੇ ਬਠਿੰਡੇ ਦੀ ਟੀਮ ਹੈ, ਵੱਡੀ ਟੀਮ ਬਣਾਈ ਹੈ ਮੁੰਡਿਆਂ ਨੇ, ਤਾਂ ਇੱਧਰ ਮੇਰੇ ਮੁੰਡੇ ਅੱਜ ਕੁੱਪ ਵਾਲੇ ਦਿਮਾਗ ਲਾ ਗਏ ਹੈ, ਇੱਕ ਗੱਲ ਹੈ ਲਵੀ ਮਨੀ ਜਦੋਂ ਕੁੱਪਕਲਾਂ ਦਾ ਖੇਡ ਮੇਲਾ ਆਇਆ ਹੈ ਜਾਂ ਕਿ ਭੰਗੇਰ ਉਹਨਾਂ ਨੇ ਕੁੱਪ ਦਾ ਖੇਡ ਮੇਲਾ ਜਿੱਤਿਆ ਹੈ, ਤਾਂ ਅੱਜ ਕਹਿੰਦੇ ਸਾੜ ਦਾ ਮੇਲਾ ਹੋ ਰਿਹਾ ਤੇ ਕੁੱਪਕਲਾਂ ਵਾਲੇ ਇੱਥੋਂ ਜਿੱਤਣ ਨੂੰ ਫਿਰਦੇ ਹੈ, ਇੱਥੋਂ ਜਿੱਤਣ ਨੂੰ ਫਿਰਦੇ ਹੈ, ਹੋਰ ਸਾਡੇ ਤੇਰੇ ਕਹਿੰਦਾ ਬੰਗਾਲਾ ਨੂੰ ਫਿਰਦੇ ਬਾਲੀ ਦਾ ਬੱਟਾ ਕਰਨੂ ਫਿਰਦੇ ਹੈ, ਹਰ ਗੱਲਾਂ ਮੁੰਡੇ ਸ਼ੌਰ ਪੜਾਉਂਦੇ ਦਸਾਂ ਦਹਾਂ ਦੀ ਕਿੰਨੇ ਖੇਡਾਂ ਉੱਤੇ ਲਾਉਂਦੇ ਖਰੇ ਖੁੱਟ ਦੀ ਪਰ ਖੇਡਾਂ ਨੂੰ ਕਰਦੇ ਗਲਤਰ ਕਾਕੇ, ਹਾਂ ਰਾਜੇ ਖੇਲੇ ਸੱਚੇ ਸੱਜਣ ਮਿਲਦੇ ਜੱਪੀਆਂ ਪਾ ਕੇ, ਸਿਆਣ ਦੀ ਧਰਤੀ ਦਾ ਬਿੱਲਾ ਵੀਰ ਵੀ ਪੁੱਜਿਆ, ਲੁਧਿਆਣੇ ਵਾਲਾ ਨਾਤੀ ਵੀ ਬੈਠਾ, ਸਾਰੇ ਭਰਾਵਾਂ ਦਾ ਧੰਨਵਾਦ ਜੱਗਾ ਭੰਡੇਰ ਬੈਠਾ ਅਮਰੀਕਾ ਵਾਲਾ ਤੇ ਨਾਲ ਬਿੱਲਾ ਵੀਰ ਬੈਠਾ ਸਾਡਾ ਲੁਧਿਆਣੇ ਆਇਆ ਹੋਇਆ ਤੇ ਚਰਚਾ ਹੈ, ਸਾਰੇ ਵੀਰਾਂ ਵੀ ਜਸਮਨ ਅਲਵਾ ਢਾਲੇ ਦਾ ਵੀ ਧੰਨਵਾਦ ਹੈ, ਨਾਲ ਕਹਿੰਦੇ ਮੇਰੇ ਵੀਰ ਨਵੀਂ ਭੰਡੇਰ ਆਸਟ੍ਰੇਲੀਆ ਵਾਲਾ ਵੀਰ ਸਾਡਾ ਚੱਲ ਕੇ ਆਇਆ, ਮਨੀ ਆਸਟ੍ਰੇਲੀਆ ਦਾ ਧੰਨਵਾਦ ਹੈ, ਦੁਰਜੰਟ ਜਾਂਦਾ ਪੰਜਾਬੀ ਵੀਰੋ ਆਹ ਦੁਨੀਆਂ ਬਾਦਲ ਕੇ ਵੀ ਇਸੇ ਪਿੰਡਵਾ ਦੁਰਜੰਟ ਜਾਂਦਾ ਵੀਰ ਆ ਸਾਡਾ ਉਹਦਾ ਵੀ ਧੰਨਵਾਦ ਹੈ, ਧੰਨਵਾਦ ਹੈ ਇਧਰਲੇ ਪਾਸੇ ਅਰਸ਼ ਧਾਲੀਵਾਲ ਦਾ ਵੀ ਧੰਨਵਾਦ ਕਰਦੇ ਹੈ, ਅਰੈਚਾ ਵਾਲੇ ਭਰਾਵਾਂ ਵੀ ਧੰਨਵਾਦ ਹੈ, ਇਧਰਲੇ ਪਾਸੇ ਉਚਾਰੇ ਵਾਲੇ ਵਾਰਨਰ ਦੀਆਂ ਬਾਲਾਂ ਪੈਂਦੀ ਹੈ, ਮੈਚ ਬਾਹਰੋਂ ਤਗੜੇ ਖੇਡੇ ਜਾ ਰਹੇ ਹੈ, ਆਹ ਕੌਣ ਜਿੱਤੂਗਾ 1,00,000 ਵੀ ਹੈ ਬਾਬਾ ਜੀ, ਉਹ ਲੋਕ ਅੰਦਾਜ਼ੇ ਲਾ ਰਹੇ ਹੈ, ਕੋਈ ਕਹਿੰਦਾ ਵੀ ਟੋਂਗਾ ਵੀ ਜਿੱਤੂ, ਕੋਈ ਕਹਿੰਦਾ ਕੋਪਾ ਨੇ ਜਿੱਤਣਗੇ ਤੇ ਕੋਈ ਕਹਿੰਦਾ ਵੀ ਕੋਈ ਹੋਰ ਹੀ ਜਿੱਤ ਕੇ ਸਾਹਮਣੇ ਦਾ ਸਮੇਂ ਤੈਅ ਕਰਨਾ, ਪਰ ਕਿੰਨੀ ਮਿਠਾਈਆਂ ਚ ਬੈਠੀ ਹੈ, ਲੋਕਾਂ ਦੇ ਅੰਦਾਜ਼ੇ ਆ, ਲੋਕਾਂ ਦੇ ਫੈਸਲੇ ਆ, ਦੱਸੋ ਜੀ ਕਿੰਨੇ ਵਰ ਕਿੰਨੇ ਵਰਗੇ, ਚਾਰ ਵਰ 44 ਸਕੋਰ ਮੇਰੇ ਵੀਰੋ, 44 ਬਣ ਗਏ, 44 ਬਣ ਗਏ ਆ, ਚਾਰ ਓਵਰਾਂ ਦੀ ਸਮਾਪਤੀ ਦੇ ਬਾਅਦ ਮੇਰੇ ਵੀਰੇ 39 ਰਨ ਜਿਹੜੇ ਬਣ ਗਏ, ਧਰਤੀ ਦਾ ਲਾਡੀ ਭੁੱਜ ਗਿਆ ਵੀ ਹੈ ਗੁਰੂਆਂ ਦੀ ਕਿਰਪਾ ਤੇ ਮਾਰਦਾ ਤੁਹਾਡੀ ਹੈ, ਇਸ ਖਿਡਾਰੀ ਨੂੰ ਕਹਿੰਦੇ ਨੇ ਕੁੱਪ ਕਲਾਂ ਦੀ ਧਰਤੀ ਦਾ ਲਾਡੀ ਹੈ,
ਇਹ ਲਾਡੀ ਹੈ ਇਹਨਾਂ ਬੀਜਾ ਕਹਿੰਦੇ ਮੇਰੇ ਵੀਰੋ ਸਾਡਾ ਵੀਰ ਜੋਗਾ ਪਿਓ ਵਾਲਾ ਉਹਨਾਂ ਨੇ ਲਗਾ ਕੇ ਦਿੱਤਾ ਹੈ। ਆਹ ਮੁੰਡਾ ਵੀ ਕੈਨੇਡਾ ਦੇ ਵਿੱਚ ਜਾ ਕੇ ਆਇਆ ਪਰ ਉੱਥੇ ਜੀ ਨਹੀਂ ਲੱਗਿਆ। ਆਹ ਕਹਿੰਦਾ ਹੈ ਵੀ ਪੰਜਾਬ ਦੇ ਵਿੱਚ ਰਹਿਣਾ ਹੈ ਤੇ ਕੈਨੇਡਾ ਵਾਲੇ ਵੀ ਹੁਣ ਵਾਪਸ ਨੂੰ ਮੁੜਨ ਵਾਪਸ ਮੁੜਨ ਨੂੰ ਹੀ ਫਿਰਦੇ ਹੈ। ਇਧਰਲੇ ਪਾਸੇ ਜਿਹੜੇ ਹਿਸਾਬ ਦੇ ਹਾਲਾਤ ਆ ਨਾ ਕੈਨੇਡਾ ਦੇ ਵਿੱਚ ਉਹ ਵੀ ਵਾਪਸ ਮੁੜਨ ਨੂੰ ਫਿਰਦੇ ਹੈ। ਆਹ ਮੁੰਡਾ ਵਾਪਸ ਆਇਆ ਕਹਿੰਦਾ ਪੰਜਾਬ ਰਹਿਣਾ ਹੈ ਕੁੱਪ ਕਲਾਂ ਦੀ ਧਰਤੀ ਦਾ ਲਾਡੀ ਇਸ ਸਮੇਂ ਬਾਲਾ ਪਾਉਂਦਾ ਹੋਇਆ ਹੈ। ਹਾਊਸ ਆਪਣੇ ਬਾਲ ਪਾਲੇ ਬੰਦਾ ਕਹਿੰਦੇ ਚਾਰ ਪਰ ਚਾਰ ਆ ਬਾਕੀ ਰਾਜੇ ਦੀ ਗੱਲ ਟਕਾਰੇ ਲਾ ਦਿੱਤੀ ਹੈ ਕਿਉਂਕਿ ਪੰਜਾਬ ਹੈ ਆਪਣੀ ਮਾਤਰ ਧੋਲੀ ਹੈ ਹਰ ਗੱਲਾਂ ਕਹਿੰਦੇ ਹੁੰਦੀਆਂ ਇੱਥੇ ਵੀ ਰਹਿਣਾ ਪੜਦਾ ਹੈ ਹਰ ਪੰਜਾਬ ਦੀ ਧਰਤੀ ਸੂਰ ਬਿਨਾਂ ਤੁਸੀਂ ਔਰ ਇਸੀ ਕੋਈ ਨਹੀਂ ਹੋਵੇ ਪੰਜਾਬ ਉਜਾੜ ਮਦਾਰ ਟੈਨਸ਼ਨ ਹੀ ਲਈ ਦੀ ਓਏ ਫੋਨ ਆ ਜਾਂਦਾ ਫੋਨ ਅਟੈਂਡ ਕਰਨੇ ਪੈਂਦੇ ਆ ਓਏ ਜਿਵੇਂ ਤੈਨੂੰ ਸਪਨਾ ਦੇ ਆ ਜਾਂਦੇ ਓਏ ਕਹਿੰਦੇ ਲਾਡੀ ਕੁੱਪੜੀ ਧਰਤੀ ਦਾ ਪਾਲ ਪਾਲੀ ਫੇਰ ਜਿਹੜਾ ਕਹਿੰਦੇ ਚਾਰ ਪਰ ਚਾਰ ਹੈ ਦੂਜੇ ਪਾਸੇ ਤੁੰਗਾ ਦੇ ਪਿੰਡਾਂ ਮੁੰਡਿਆਂ ਦਾ ਚੱਲ ਤੁਸੀਂ ਦਮਦਮਾ ਸਾਹਿਬ ਦੀ ਧਰਤੀ ਹੈ ਕਿੱਥੋਂ ਮੁੰਡੇ ਚੱਲ ਕੇ ਆਇਆ ਥੱਲੇ ਫਿਲਟਰ ਪਰ ਸਾਹਮਣੇ ਵੱਡੀ ਸਫਲਤਾ ਔਰ ਖਿਡਾਰੀ ਦਾ ਦੇ ਇੱਕ ਹੋਰ ਮੁਰਗਾ ਬਣਾ ਇੱਕ ਹੋਰ ਖਿਡਾਰੀ ਤੋੜ ਦਿੱਤਾ ਹੈ ਤੁੰਗਦਾਰੀ ਵਾਲੇ ਇੱਕ ਆਉਂਦਾ ਇੱਕ ਜਾਂਦਾ ਇੱਕ ਆਉਂਦਾ ਇੱਕ ਜਾਂਦਾ ਹੈ ਇਹਦੇ ਐ ਕਰੀ ਜਾਂਦੇ ਹੈ ਜਿਵੇਂ ਅਖਬਾਰ ਵਾਲਾ ਭਾਈ ਅਖਬਾਰ ਫੜਾ ਕੇ ਨਹੀਂ ਮੁੜਦਾ ਔਰ ਕਹਿੰਦੇ ਮੇਰੇ ਵੀਰੋ ਇਹ ਵੀ ਓਦਾਂ ਹੀ ਕਰੀ ਜਾਂਦੇ ਹੈ ਪਹਿਲਾਂ ਟਕਾਣੇ ਆਏ ਤਾਂ ਚੁੱਪ ਕਰਾਂ ਵਾਲਾ ਲਾਡੀ ਪਹਿਲਾਂ ਪਾਉਂਦਾ ਹੈ ਤੁੰਗਦਾਰੀ ਵਾਲੇ ਰੰਗ ਬਣਾਉਣੇ ਪੈਣੇ ਹੈ ਇਹ ਕਹਿੰਦੇ ਸ਼ਾਹ ਦਾ ਟੱਪ ਚੱਲ ਰਿਹਾ ਹੈ ਸੰਤ ਬਾਬਾ ਮੀਹਾ ਸਿੰਘ ਦੀ ਖੇਡ ਸਟੇਡੀਅਮ ਦੇ ਵਿੱਚ ਵੱਡੀ ਰੌਣਕ ਲੱਗੀ ਹੈ ਔਰ ਸੰਤ ਮਹਾਂਪੁਰਸ਼ਾਂ ਦੀ ਧਰਤੀ ਹੈ ਸ਼੍ਰੀ ਰਾਣਾ ਸਾਹਿਬ ਦਾ ਇਲਾਕਾ ਹੈ ਬੜਾ ਭਾਗਾ ਵਾਲਾ ਏਰੀਆ ਹੈ ਔਰ ਖੇਡ ਗਰਾਊਂਡ ਦੇ ਅੰਦਰ ਤੁੰਗਦਾਰੀ ਦੀ ਧਰਤੀ ਦਾ ਗਰਾਊਂਡ ਇਸ ਸਮੇਂ ਤਿਆਰ ਹੈ ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ ਅੱਜ ਬਹੁਤ ਰੁਪਈਏ ਵੰਡੇ ਗਏ ਖਿਡਾਰੀਆਂ ਦੀ ਖੇਡ ਦੇ ਉੱਪਰੋਂ ਬੜੇ ਰੁਪਈਏ ਅੱਜ ਦਿੱਤੇ ਗਏ ਭਰਾਵਾਂ ਵੱਲੋਂ ਜਸਵੰਤ ਦਾ ਵੀ ਧੰਨਵਾਦ ਕਰਦੇ ਹੋ ਕੈਨੇਡਾ ਵਾਲੇ ਦਾ ਔਰ ਨਵੀ ਭੰਡੇਰ ਦਾ ਨਾਲ ਬਿੱਲੇ ਵਰਗੇ ਜੱਗਾ ਆਇਆ ਹੋਇਆ ਅਮਰੀਕਾ ਤੋਂ ਅਮਨਦੀਪ ਭੰਡੇਰ ਕੈਨੇਡਾ ਵਾਲੇ ਦਾ ਵੀ ਧੰਨਵਾਦ ਹੈ ਜਤਿੰਦਰ ਸਾਹਿਬ ਦਾ ਜਿਹੜਾ ਹੋਇਆ ਹੈ ਔਰ ਅੰਕਿਤ ਦਿਵਾਲੀਆ ਦਾ ਪਿਆਰ ਹੈ ਇਧਰਲੇ ਪਾਸੇ ਬੱਲੇ 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 ਹਾਊਸ ਆਪਣੇ ਖੇਡਾ ਸ਼ਾਰ ਫਿਲਟਰ ਮਯੂਰ ਪਰ ਰੱਜ ਨੇ ਚਾਰ ਬੜੇ ਨੇ ਕਹਿੰਦੇ ਜੋਰ ਦਿੱਤੇ ਹੈ ਇਹ ਮੰਡਾ ਕਹਿੰਦੇ ਤੁੰਗ ਵਾਲੀ ਪਿੰਡਵਾ ਇਹਨੇ ਵੀ ਬੱਲੇ ਬੱਲੇ ਕਰਾਈ ਹੈ ਹਰੀ ਭਰਾ ਸਡਾਇਆ ਹੋਇਆ ਤੇ ਕਹਿੰਦਾ ਰੋਟੀ ਦਾ ਸਰਦਾਰ ਜਿਹੜਾ ਪੱਦੇ ਘੱਪ ਦਾ ਕੀਤਾ ਜਾ ਰਿਹਾ ਸਾਡੀ ਖੇਡ ਦਾ ਪੁਰਾਣਾ ਖਿਡਾਰੀ ਹੈ ਹਰ ਗੱਲਾਂ ਜਿਹੜੀਆਂ ਕਹਿੰਦੇ ਹੁੰਦੀਆਂ ਹੈ ਅੱਜ ਕਹਿੰਦੇ ਪੱਦੇ ਕੈਪਰ ਬੜਾ ਸਰਦਾਰ ਜਿਹੜਾ ਕਹਿੰਦੇ ਕੀਤਾ ਜਾ ਰਿਹਾ ਹੈ ਹਰ ਵੱਡਾ ਧੰਨਵਾਦ ਕਰ ਰਹੇ ਹੈ ਹਵੀ ਰਾਜੇ ਪਾਲ ਫਿਰ ਭੱਜ ਢੂਹੀ ਸਮਗਰ ਲਾਓ ਲਾਡੀ ਖੇਡ ਗਰਾਊਂਡ ਦੇ ਅੰਦਰ ਬਾਹਰ ਪਾਉਣ ਦੇ ਲਈ ਤਿਆਰ ਦਾ ਤਿਆਰ ਹੈ ਆਹ ਮੁੰਡਾ ਕਹਿੰਦੇ ਮੇਰੇ ਵੀਰ ਕੈਨੇਡਾ ਤੋਂ ਵਾਪਸ ਆਇਆ ਔਰ ਗੱਲਾਂ ਬਾਤਾਂ ਟਿਕਾਣੇ ਲਾ ਰਿਹਾ ਕਹਿੰਦਾ ਕ੍ਰਿਕਟ ਖੇਡਣੀ ਹੈ ਆਹ ਮੁੰਡੇ ਨੇ ਵੀ ਕਈ ਕੂਲਰ ਦਿੱਤੇ ਹੈ ਕਈ ਮੋਟਰਸਾਈਕਲ ਦਿੱਤੇ ਹੈ ਕਾਸਕੋ ਕ੍ਰਿਕਟ ਦਾ ਪਹਿਲਾ ਬੁਲਟ ਮੋਟਰਸਾਈਕਲ ਆਹ ਕੁੱਪ ਕਲਾਂ ਦੇ ਲਾਡੀ ਨੇ ਜਿੱਤਿਆ ਸੀਗਾ ਰੁੜਕੀ ਦੇ ਕੱਪ ਦੇ ਉੱਪਰੋਂ ਕਾਸਕੋ ਦੀ ਦੁਨੀਆਂ ਦਾ ਪਹਿਲਾ ਮੋਟਰਸਾਈਕਲ ਜਿੱਤਣ ਵਾਲਾ ਖਿਡਾਰੀ ਕੁੱਪ ਕਲਾਂ ਵਾਲਾ ਲਾਡੀ ਓਵਰ ਸਮਾਪਤ ਹੈ ਜੀ ਕਿੰਨੇ ਬਣ ਗਏ ਨੇ ਬਾਗੋ ਬਾਈ ਪੁੱਛੋ ਉਣੰਜਾ ਸਕੋਰ ਜਿਹੜੇ ਖੇਡ ਗਰਾਊਂਡ ਦੇ ਅੰਦਰ ਬਣ ਗਏ ਹੈ ਉਣੰਜਾ ਸਕੋਰ ਜਿਹੜੇ ਬਣ ਗਏ ਹੈ ਵੀ ਆ ਗਏ ਛੱਡ ਕੇ ਪਿੰਡ ਨੂੰ ਫਿਊਚਰ ਸਕਿਓਰ ਕਰਨ ਲਈ ਗਰੀਬੀ ਦੀ ਹਿੱਕ ਪਾੜ ਕੇ ਗੱਲਾਂ ਕੁਝ ਹੋਰ ਕਰਨ ਲਈ ਕਿ ਦਿਲ ਦੇ ਵਿੱਚ ਦੁੱਖ ਬੜਿਆ ਪੱਲਿਆਂ ਜੋ ਦੱਬੇ ਨੇ ਤੇ ਬਹਿ ਗਏ ਜਿਹੜੇ ਵਿੱਚ ਜਹਾਜ ਦੇ ਛੇਤੀ ਕਿਤੇ ਲੱਭੇ ਨੇ ਤੇ ਬਹਿ ਗਏ ਜਿਹੜੇ ਵਿੱਚ ਜਹਾਜ ਦੇ ਛੇਤੀ ਕਿਤੇ ਲੱਭੇ ਨੇ ਤੇ ਬਹਿ ਗਏ ਜਿਹੜੇ ਵਿੱਚ ਜਹਾਜ ਦੇ ਉਹ ਛੇਤੀ ਕਿਤੇ ਲੱਭੇ ਨੇ ਇਹ ਗੱਲ ਪੱਕੀ ਹੈ ਕਿ ਜਿਹੜੇ ਜਹਾਜ਼ਾਂ ਦੇ ਵਿੱਚ ਇੱਕ ਵਾਰੀ ਚੜ ਕੇ ਬਾਹਰਲੇ ਮੁਲਕਾਂ ਦੇ ਵਿੱਚ ਵੜ ਜਾਣ
ਤੇ ਕਹਿੰਦੇ ਮੇਰੇ ਵੀਰੋ ਫਿਰ ਮਹੀਨੇ ਕੁ ਬਾਅਦ ਪਤਾ ਲੱਗਦਾ ਵੀ ਆਪਦੇ ਕੰਮ ਆਪਾਂ ਗਲਤ ਕਰ ਲਿਆ ਵੀ ਗਲਤ ਆ ਗਏ ਔਰ ਪੰਜਾਬ ਵਰਗੇ ਨਜ਼ਾਰੇ ਪੂਰੀ ਦੁਨੀਆਂ ਦੇ ਵਿੱਚ ਨਹੀਂ ਹੈਗੇ ਮੇਰੇ ਵੀਰੋ ਜਿਹੜੀਆਂ ਸਰਦਾਰੀਆਂ ਉਹ ਅੰਗਲੇ ਪੰਜਾਬ ਦੇ ਵਿੱਚ ਹੀ ਹੈ ਜਿਹੜੀਆਂ ਸਰਦਾਰੀਆਂ ਮੇਰੇ ਵੀਰੋ ਉਹ ਇੱਥੇ ਹੀ ਹੈ ਸਾਰਾ ਕੁਝ ਬਾਹਰਲੇ ਮੁਲਕਾਂ ਦੇ ਵਿੱਚ ਤੇ ਛੋਟਾਂ ਲਾਉਣੀਆਂ ਪੈਂਦੀਆਂ ਬਾਕੀ ਬਾਕੀ 18-18 ਘੰਟੇ ਦਾ ਕੰਮ ਕਰਨਾ ਪੈਂਦਾ ਫਿਰ ਕਿਤੇ ਜਾ ਕੇ ਕਦੇ ਗੁੱਡੀ ਉੱਪਰ ਚੜ੍ਹਦੀ ਹੈ ਬੜੀ ਮਿਹਨਤ ਕੀਤੀ ਰਾਜਿਆ ਤਾਂ ਲੱਖ ਲੱਖ ਰੁਪਈਆ ਇਹਨੇ ਵੱਡੇ ਮਿਲਿਆ ਦੇ ਕਦੇ ਹੁੰਦਾ ਇਹਦੀ ਮਿਹਨਤ ਨੂੰ ਜਿਹੜਾ ਸੂਟ ਆ ਉਹਦੀ ਮਿਹਨਤ ਕਦੇ ਕਦੇ ਛਪਾਈ ਨਹੀਂ ਜਾ ਸਕਦੀ ਸੋਨੀ ਬੁਆਰੀ ਦਾ ਕੱਪ ਧੂਰੀ ਦਾ ਚੁੱਗੇ ਖੋਏ ਦਾ ਤੁਸੀਂ ਨਾਲ ਸਾਡੀ ਜੁਗੀ ਦਾ ਚਾਹ ਚੁੜੇ ਨਾਲ ਮਸੀਤਾਂ ਵਾਲੇ ਮਣੀ ਦਾ ਵੀ ਧੰਨਵਾਦ ਹੈ ਵੀਰ ਨੇ ਸਾਡੇ ਲਓ ਸਨੀ ਬਾਲਾ ਪਾਉਣਾ ਐਲਈਡੀ ਦਾ ਜੇਤੂ ਹੈ ਆਹ ਮੁੰਡਾ ਵੀ ਐਲਈਡੀ ਦਾ ਜੇਤੂ ਆ ਮੇਰੇ ਵੀਰੋ ਪਰ ਉਧਰਲੇ ਪਾਸੇ ਸਿੰਘਿਆ ਥੋੜਾ ਜਿਹਾ ਦੇਖ ਕੇ ਨੌਜਵਾਨਾਂ ਇਹ ਬਾਲ ਰੋਗੀ ਤੇ ਪਤਾ ਕੀ ਹੋਇਆ ਕਰਨਾ ਹੈ ਹਰ ਇੱਕ ਟੂਰਨਾਮੈਂਟ ਦੇ ਪਾਣੀ ਵਾਲੇ ਗਰਾਊਂਡ ਤੇ ਬੈਨ ਹੋਇਆ ਕਰਨਗੇ ਇਹ ਗੱਲ ਨੋਟ ਕਰ ਲੈ ਥੋੜਾ ਜਿਹਾ ਧਿਆਨ ਦੇ ਨਾਲ ਰਹਿਣਾ ਪੈਣਾ ਹੈ ਇਹਨਾਂ ਵੀਰਾਂ ਦੀ ਵੀ ਘਰਾਂ ਦੀ ਰੋਟੀ ਚੱਲ ਰਹੀ ਹੈ ਜਿੰਨਾ ਹੋ ਸਕਿਆ ਮਾਨ ਧਾਨ ਜ਼ਰੂਰ ਕਰਿਆ ਕਰੋ ਪਾਣੀ ਵਾਲੇ ਵੀਰਾਂ ਦਾ ਇਹ ਕਿਸੇ ਕੋਲੋਂ ਰੁਪਈਏ ਮੰਗਦੇ ਨਹੀਂ ਤੁਹਾਡੀ ਸੇਵਾ ਕਰਦੇ ਆ ਤੁਹਾਡੇ ਤੋਂ ਤੁਹਾਨੂੰ ਪਾਣੀ ਪਿਲਾਉਂਦੇ ਆ ਤੇ ਜਾਂਦੇ ਜਾਂਦੇ 10-20 ਸੌ ਰੁਪਇਆ ਦੇ ਜਾਇਆ ਕਰੋ ਯਾਰ ਇਹਨਾਂ ਦੇ ਘਰਾਂ ਦੇ ਰੁਜ਼ਗਾਰ ਚੱਲਦੇ ਆ ਬਾਕੀ ਤੁਸੀਂ ਸਿਆਣੇ ਹੋ ਔਰ ਕਹਿੰਦੇ ਮੇਰੇ ਵੀਰੇ 10-20 ਸੇਵਾ ਦੇ ਵਿੱਚ ਪਾ ਕੇ ਜ਼ਰੂਰ ਜਾਇਆ ਕਰੋ ਸਾਰੇ ਵੀਰਾਂ ਨੂੰ ਬੇਨਤੀ ਹੈ ਆਹ ਵੀਰਾਂ ਨੂੰ ਸੇਵਾ ਕਰਨੀ ਇਹ ਸਭ ਤੋਂ ਵੱਡਾ ਪੁੰਨ ਹੈ ਪਾਣੀ ਵਾਲੇ ਵੀਰਾਂ ਦਾ ਵੀ ਧਿਆਨ ਰੱਖਿਆ ਕਰੀਏ ਆਪਾਂ ਔਰ ਜਿਹੜੀਆਂ ਟੀਮਾਂ ਜਿੱਤਦੀਆਂ ਉਹਨਾਂ ਨੂੰ ਤੋਂ ਖਾਸ ਕਰਕੇ ਬੇਨਤੀ ਹੈ ਵੀ ਇਹਨਾਂ ਨੂੰ ਵੀ ਵਿਚਾਰਿਆਂ ਨੂੰ 100-150 ਹਜ਼ਾਰ ਰੁਪਏ ਦੇ ਕੇ ਜਾਇਆ ਕਰੋ ਔਰ ਕਹਿੰਦੇ ਮੇਰੇ ਵੀਰੋ ਤੁਹਾਡੀ ਸੇਵਾ ਲੱਗਦੀ ਹੈ ਤੁਹਾਡੀਆਂ ਤੁਹਾਡੇ ਵੀ ਸੀਸਾਂ ਨਿਕਲਦੀਆਂ ਨਾ ਵੀਰਾਂ ਵੱਲੋਂ ਤੁਸੀਂ ਭਾਓ ਸਾਡੇ ਔਰ ਇਧਰਲੇ ਪਾਸੇ ਸਨੀ ਬਾਲ ਪਾਉਣ ਦੇ ਲਈ ਤਿਆਰ ਸਾਹਮਣੇ ਤੁੰਗ ਵਾਲੀ ਵੀ ਧਰਤੀ ਦਾ ਕਰੋ ਆਹ ਬੱਲੇ 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 ਅਮਰਿੰਦਰ 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 ਕੈਚ ਕਦੇ ਮੰਨੇ ਦਾ ਛੱਡਿਆ ਕੈਚ ਨੀ ਬੈਗ ਛੱਡਿਆ ਕੈਚ ਨੀ ਲਓ ਤਾਲਮੇਲ ਬਣਾਉਣਾ ਪੈਣਾ ਹੈ ਔਰ ਤਾਲਮੇਲ ਬਣਾਉਣਾ ਪੈਣਾ ਮੇਰੇ ਵੀਰੋ ਫਿਰ ਜਾ ਕੇ ਕੈਚ ਫੜੇ ਜਾਂਦੇ ਹੈ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹੈ ਲੱਫਾ ਜੀ ਵੀਰ ਆ ਸਾਡਾ ਔਰ ਚਰਤੇ ਵੱਡੇ ਆ ਗਰਜਾਟ ਜਾਂਦੇ ਨੇ ਭਰਾ ਇਹ ਸਾਡਾ ਨਵੀਂ ਪੰਡੇਰ ਜਸਵਾ ਦਾ ਲਬਾਟਾ ਸਾਡਾ ਵੀਰ ਬਹੁਤ ਵੱਡਾ ਧੰਨਵਾਦ ਹੈ ਔਰ ਨਾਲ ਆਸੇ ਦਾ ਚਾਵਾ ਵੀ ਧੰਨਵਾਦ ਕਰਦੇ ਹੈ ਇਹ ਗੱਲ ਪਾਸੇ ਦੱਸਦੇ ਜੀ ਕਿੱਦੋਂ ਵਰਗੇ ਨੇ ਬੰਗੋ ਬਾਈ ਪੁੱਛੋ ਜੀ ਇੱਕ ਵਾਰ ਬਾਕੀ ਹੈ ਜੀ ਦੇਖੇ ਮਾੜਾ ਆ ਹੋਰ ਸਵਾਪ ਇੱਕ ਰਹਿੰਦੀ ਹੈ ਜੀ ਇੱਕ ਵਾਈਡ ਸੀ ਇੱਕ ਵਾਈਡ ਆਈ ਸੀਗੀ ਇੱਕ ਬਾਲ ਰਹਿੰਦੀ ਹੈ ਸਾਡਾ ਸਕੋਰ ਕਾਰਡ ਦੱਸ ਰਿਹਾ ਜੀ ਬਾਕੀ ਤੁਸੀਂ ਦੇਖ ਲਓ ਇੱਕ ਬਾਲ ਬਾਕੀ ਸਕੋਰ ਦੀ ਲਾਸਟ ਬਾਲ ਹੋ ਜਾਏਗੀ ਮੇਰੇ ਵੀਰੇ 5-6-7-8 ਫੇਰ ਗਰਾਊਂਡ ਦੇ ਅੰਦਰ ਤੁੰਗ ਵਾਲੀ ਦੀ ਧਰਤੀ ਦਾ ਮੇਰੇ ਵੀਰੇ ਖਿਡਾਰੀ ਇਸ ਸਮੇਂ ਬਾਲਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ ਔਰ ਮੇਰੇ ਵੀਰੇ ਵੱਖਰਾ ਸਵਾਦ ਉੱਧਰ ਜੇਸੀਬੀ ਵਾਲੇ ਐਨ ਉਹ ਵੀ ਤੇ ਬਣੀ ਕਿਹਦਾ ਕੂਲਰ ਪੱਟ ਲਿਆ ਹੈ ਇਧਰਲੇ ਪਾਸੇ ਖੇਡ ਗਰਾਊਂਡ ਦੇ ਅੰਦਰ ਤਾਲ ਪਾਉਣ ਦੇ ਲਈ ਮੁੰਡਾ ਤਿਆਰ ਬਰ ਤਿਆਰ ਹੈ ਸਨੀ ਨਾਮ ਫੈਸਲੇ ਕਰੂ ਹੈ ਔਰ ਸਾਹਮਣੇ ਕਹਿੰਦੇ ਮੇਰੇ ਵੀਰੇ ਤੁੰਗ ਵਾਲੀ ਦੀ ਧਰਤੀ ਹੈ ਇਧਰਲੇ ਪਾਸੇ ਵੱਡੀ ਟੀਮ ਬਣਾਈ ਹੈ ਮੁੰਡਿਆਂ ਨੇ ਨਵੀਂ ਤੁੰਗ ਵਾਲੀ ਵਾਲਿਆ ਛੱਕੇ ਮਾਰਦੇ ਪਏ ਹੈ ਦਸਣਾ ਪਾਣਾ ਲੋਕਾਂ
ਹੋ ਗਈਆਂ ਔਰ ਫੈਸਲੇ ਜਿਹੜੇ ਕਹਿੰਦੇ ਫੱਟੇ ਹੁੰਦੇ ਆ ਆਓ ਦੇਖਾ ਤਰਾਹੇ ਵਾਲੇ ਹੌਲੀ ਹੌਲੀ ਤੁਰੇ ਹੁੰਦੇ ਆ ਆਓ ਦੇਖਣਾ ਤਰਾਹੇ ਵਾਲੇ ਹੌਲੀ ਹੌਲੀ ਨਾਲ ਸਾਡਾ ਵੀਰ ਹੈ ਪ੍ਰਗਟ ਰਾਹਾ ਤੇ ਮਿੰਟੂ ਰਾਜਗੜ੍ਹ ਵੀ ਭਰਾ ਪੁੱਜ ਗਿਆ ਜਿਵੇਂ ਖੇਡ ਮੇਲੇ ਦੇ ਉੱਪਰ ਚਾਚਾ ਵੱਡੀ ਇਹਦਾ ਵੀਰਾ ਮੈਂ ਧਰਦਾ ਵਾ ਆਹ ਖੇਡਿਆ ਸ਼ਾਹ ਖਰਾਰੀ ਦਾ ਇੱਕ ਸਕੋਰ ਆਪਣੀ ਟੀਮ ਦੇ ਲਈ ਜੋੜ ਰਿਹਾ ਆਹ ਮੁੰਡਿਆਂ ਨੇ ਜੋੜ ਲਿਆ ਮੇਰੇ ਵੀਰੋ ਔਰ ਇਧਰਲੇ ਪਾਸੇ ਕੱਪ ਦੀ ਧਰਤੀ ਦਾ ਕਰਮ ਵਾਲਾ ਪਾਉਂਦਾ ਕਦੇ ਮਰਿੰਦਰ ਦੀ ਗੱਲ ਕਦੇ ਲਾਡੀ ਦੀ ਕਦੇ ਸਨੀ ਦੀ ਕਦੇ ਹਾਥੀ ਦੀ ਕਦੇ ਏਕਮ ਦੀ ਔਰ ਕਦੇ ਗੱਲ ਹੁੰਦੀ ਹੈ ਇਹਨਾਂ ਖਿਡਾਰੀਆਂ ਦੀ ਵਿਸ਼ੇਸ਼ ਅਮਰਿੰਦਰ ਦੀ ਜਿੰਮੇਵਾਰੀ ਦੇ ਲਾ ਵੱਡੀ ਹੈ ਕਨੇਡਾ ਵੱਲ ਵੀ ਯੰਗ ਸਪੋਰਟਸ ਵਾਲਾ ਭਰਾ ਸਾਡਾ ਬਹੁਤ ਵੱਡਾ ਧਰਵਾ ਵਾ ਕਾਲਾ ਮੱਤੀ ਵਾਲਾ ਮਾਰ ਕਰਦਾ ਢੁੱਲਾ ਫੀਰ ਹੈ ਸਾਡਾ ਔਰ ਪ੍ਰਗਟ ਵਰਗੇ ਔਰ ਮਿੰਟੂ ਦਾ ਭਰਾ ਸਾਡਾ ਬਹੁਤ ਵੱਡਾ ਧਰਵਾ ਵਾ ਬਹੁਤ ਵੱਡਾ ਧੰਨਵਾਦ ਹੈ ਰਜੰਟ ਜਾਂਦਾ ਬੈਠਾ ਹੈ ਉਹ ਵੀ ਹਿਸਾਬ ਕਿਤਾਬ ਲਾਈ ਜਾਂਦਾ ਹੈ ਔਰ ਚਾਚੇ ਵੱਡੇ ਉਧਰ ਟਰਾਫੀਆਂ ਦੇ ਚਿੱਬ ਕੱਢੇ ਹੋਏ ਮੁੰਡਿਆਂ ਦੇ ਗੁਰਜੰਟ ਜਾਟੇ ਦਾ ਧੰਨਵਾਦ ਜਸਵੰਤ ਕਨੇਡਾ ਔਰ ਨਾਲ ਨਵੀ ਧਨੇਰ ਮਨੀ ਆਸਟ੍ਰੇਲੀਆ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਗੁੱਲਾ ਸਾਡਾ ਵੀਰ ਫੌਜੀ ਉਹਨਾਂ ਦਾ ਧੰਨਵਾਦ ਕਰ ਰਹੇ ਹੈ ਜੱਗਾ ਯੂਐਸਏ ਵਾਲਾ ਬੈਠਾ ਹੋਇਆ ਹੈ ਇਹ ਵੀ ਕਹਿਣਾ ਹੈ ਵੀ ਆਪਾਂ ਚਲੇ ਜਾਣਾ ਥੋੜੇ ਟਾਈਮ ਤੱਕ ਦਿਲਪ੍ਰੀਤ ਦਾ ਵੀ ਧੰਨਵਾਦ ਬਿੱਲੇ ਬਾਈ ਦਾ ਹੈ ਨਾਤੀ ਲੁਧਿਆਣੇ ਵਾਲਾ ਹੈ ਸੋਮਲ ਭਾਜੀ ਦੇ ਫੇਰੇ ਨਾਲ ਉਹਨਾਂ ਦਾ ਵੀ ਧੰਨਵਾਦ ਹੈ ਵੱਡਾ ਧੰਨਵਾਦ ਵੀ ਆ ਗਿਆ ਇੱਕ ਹੋਰ ਪੇਂਡੂ ਕ੍ਰਿਕਟ ਲਈ ਵੱਡੀ ਗੱਲ ਹੈ ਜਦੋਂ ਇੰਟਰਨੈਸ਼ਨਲ ਡ੍ਰੀਮ ਇਲੈਵਨ ਖੇਡੀ ਜਾਂਦੀ ਹੈ ਇਹਦੇ ਪੇਂਡੂ ਗੇਮ ਦੇ ਟਾਰਚ ਬਣਗੇ ਜਿਹੜੀ ਪੇਂਡੂ ਵੀ ਹੋ ਸਕਦੀ ਹੈ ਜਾਂ ਜਿਹੜੀ ਅੱਖਾਂ ਦੇ ਬੇਟੇ ਪੀਸੀਐਲ ਚੱਲਦੀ ਹੈ ਜਾਂ ਆਈਪੀਐਲ ਚੱਲਦੀ ਹੈ ਏਦਾਂ ਦੇ ਮੈਚਾਂ ਚ ਕਹਿੰਦੇ ਡੋਗਰੀ ਜਿਹੜੀ ਇੱਕ ਨਵੀਂ ਸਾਈਟ ਖੁੱਲਣ ਜਾ ਰਹੀ ਹੈ ਸਾਡੇ ਕੋਲ ਘੁੱਲੋ ਹੋ ਗਈ ਖੁੱਲਣ ਜਾ ਰਿਹਾ ਜਿਵੇਂ ਚਾਰ ਤਾਰੀਖਾਂ ਤੱਕ ਲਾਂਚ ਕਰ ਦਿੱਤੀ ਜਾਵੇਗੀ ਔਰ ਉੱਥੇ ਵੀ ਡ੍ਰੀਮ ਇਲੈਵਨ ਨੂੰ ਫਿਰ ਵੱਡੇ ਵੱਡੇ ਮਾਂ ਦੇ ਗੱਫੇ ਨਾ ਰਿਹਾ ਕਈ ਅਮੀਰ ਬਣਾ ਦਿੰਦੇ ਆਪਾਂ ਲਗਦੀਆਂ ਹੋ ਗਿਆ ਫਲ ਫੇਰ ਫਲ ਬਣਾ ਕਹਿੰਦੇ ਚਾਰ ਪਰ ਚਾਰ ਦੂਜੇ ਪਾਸੇ ਮੁੰਡੇ ਚੁੱਗ ਵਾਲੀ ਪੁੜਦੇ ਉਹ ਸਾਰੇ ਪੱਲੇ ਪੱਲੇ ਗਾਉਂਦੇ ਆ ਹਰ ਬਾਰ ਉਚਾਰੇ ਦਾ ਸੂਰੀ ਫੇੜੀ ਗਬਰ ਕਰਦਾ ਔਰ ਕਹਿੰਦੇ ਦੂਜਾ 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 ਨਾ ਦੋ ਸਕੋਰ ਮੁੰਡਿਆਂ ਨੇ ਆਪਣੀ ਟੀਮ ਦੇ ਲਈ ਜੋੜ ਲਏ ਨੇ
ਆਹ ਖੇਡ ਮੈਦਾਨ ਦੇ ਅੰਦਰ ਮੇਰੇ ਵੀਰੋ ਵੱਖਰਾ ਸਵਾਗ ਵਜਿਆ ਹੈ। ਰੰਗ ਬਿਰੰਗੇ ਵੱਖੋ ਵੱਖਰੀਆਂ ਕੰਟਰੀਆਂ ਦੇ ਝੂਲਦੇ ਨਜ਼ਰ ਆਉਂਦੇ ਹੈ। ਔਰ ਮੇਰੇ ਵੀਰੋ ਇਧਰਲੇ ਪਾਸੇ ਚਿੱਟੀਆਂ ਕਮਾਂ ਦੀ ਛੋਟੀਆਂ ਵਰਗੀ ਧੁੱਪ ਹੈ, ਹਲਕੀ ਜੀ ਪੌਣ ਚੱਲ ਰਹੀ ਹੈ। ਔਰ ਸੰਤ ਬਾਬਾ ਮੇਹਾ ਸਿੰਘ ਖੇਡ ਸਟੇਡੀਅਮ ਦੇ ਵਿੱਚ ਮੇਰੇ ਵੀਰੋ 1,00,000 ਰੁਪਇਆ ਖੇਡ ਮੇਲਾ ਚੱਲ ਰਿਹਾ ਹੈ। ਕੌਣ ਜਿੱਤੂਗਾ 1,00,000 ਰੁਪਇਆ ਉਹ ਥੋੜੇ ਸਮੇਂ ਦੇ ਤੁਹਾਡੇ ਸਾਹਮਣੇ ਫੈਸਲੇ ਹੋਣੇ ਹੈ। ਇਧਰਲੇ ਪਾਸੇ ਦਾ ਇੱਥੇ ਰੱਖਿਆ ਵੀ ਆ ਰਿਹਾ ਇੱਕ ਹੋਰ ਦਸਕਾਲੀ ਖੁਸ਼ ਖਬਰੀ ਦੇਵੇ ਜਸਪਾਲ ਕਨੇਡਾ ਕਹਿੰਦਾ 5-7 ਮਿੰਟਾਂ ਦਾ ਚਾਹ ਦੇ ਨਾਲ ਗੁਲਾਬ ਜਾਮਣ ਚੰਨਣਗੇ, ਚਾਹ ਦੇ ਨਾਲ ਗੁਲਾਬ ਜਾਮਣ ਚੰਨਣਗੇ ਨੌਜਵਾਨਾਂ। ਆਹ ਗੱਲਾਂ ਟਿਕਾਣੇ ਆ, ਗੱਲਾਂ ਟਿਕਾਣੇ ਗੁਲਾਬੀ ਖੜੇ ਕਾਲੇ ਖੜੇ ਆਹ ਖੁਸ਼ ਹੋ ਗਿਆ ਵੀ ਗੁਲਾਬ ਜਾਮਣ ਆਉਣਗੀਆਂ, ਨਵੀਂ ਪਨੇਰ ਵੀ ਗੁਲਾਬ ਜਾਮਣ ਆਉਣਗੀਆਂ। ਉਹਨਾਂ ਦੇ ਕੰਮ ਡੈਣ ਮੇਰੇ ਪੀਓ ਗੱਡਾ ਡੀਆ ਤੇ ਕਰਦੇ ਨੇ। ਪਰ ਫੇਰ ਗਰਾਊਂਡ ਦੇ ਅੰਦਰ ਦੱਸੀਏ ਵੀ ਕਿੰਨੇ ਦਾ ਟਾਰਗੇਟ ਸੈੱਟ ਹੋਇਆ ਔਰ ਮੁੰਡਿਆਂ ਨੇ ਕਿੰਨੇ ਰਨ ਬਣਾਏ ਨੇ, ਆਪਾਂ ਜਰੂਰ ਦੱਸੀਏ ਸਕੂਲਾਂ ਦਾ ਲੇਖਾ ਜੋਖਾ। ਹੋ ਗਏ ਵੀਰੇ, ਹੋ ਗਏ ਹੋ ਗਏ ਹੋ ਗਏ ਵੀਰੇ ਸਕੋਰਾਂ ਦਾ ਟਾਰਗੇਟ ਹੈ ਜੀ 70 ਬਾਰੇ 71 ਟਾਰਗੇਟ ਹੈ। ਬਾਲਾਂ ਜ਼ਰੂਰੀ ਬਾਲਾਂ ਜ਼ਰੂਰ ਪਈ ਦੀਆਂ ਕਰ ਦਈਏ, ਬਾਲਾਂ ਜ਼ਰੂਰ ਪਈ ਦੀਆਂ ਕਰ ਦਈਏ। ਉਧਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈ। ਜਿੰਨੀ ਪ੍ਰਬੰਧਕ ਕਮੇਟੀ ਹੈ ਅੱਜ ਦੇ ਟੂਰਨਾਮੈਂਟ ਨੂੰ ਸਪੋਰਟ ਕਰ ਰਹੀ ਹੈ ਸਾਰੇ ਹੀ ਵੀਰਾਂ ਦਾ ਧੰਨਵਾਦ ਹੈ। ਮੇਰੇ ਵੀਰੋ ਸਾਡੇ ਬਹੁਤ ਹੀ ਪਿਆਰੇ ਵੀਰ ਨੇ। ਉਧਰਲੇ ਪਾਸੇ ਜਸਮਨ ਕਨੇਡਾ ਨਵੀਂ ਪਨੇਰੇ ਸਟੇਰੀਆ ਬਿੱਲਾ ਫੌਜੀ ਜਾਂਦਾ ਕੋਚ ਜੱਗਾ USA ਅਮਨਦੀਪ ਕਨੇਡਾ ਤੈਨੂੰ ਕੀ ਕਿਹਾ ਸੀ ਕੋਹਲੀ ਗਾਲਾਂ ਪਾ ਗਿਆ ਮੇਰੇ ਵੀਰੇ, ਪਹਿਲੀ ਪੇਸ਼ੀ ਯਾਰ ਛੁੱਟ ਜੇ ਲੱਡੂ ਵੰਡ ਦੀ ਕਚਹਿਰੀ ਆਵਾ ਤੇ ਪਹਿਲੀ ਪੇਸ਼ੀ ਯਾਰ ਛੁੱਟ ਜੇ।
ਆਓ ਸਾਹਮਣੇ ਫੈਸਲੇ ਪੱਤਿਆਂ ਦੇਖ ਰਹੇ ਹੋ ਔਰ ਗੱਲਾਂ ਬਾਰੇ ਟਿਕਾਣੇ ਲਾਦੇ ਹੋ 200 ਰੁਪਏ ਕਹਿੰਦੇ ਬਾਰਡਰ ਮਿਲੀ ਉਹਦਾ ਨਵੀਂ ਪੰਜਾਬ ਆਸਟ੍ਰੇਲੀਆ ਵਾਲਾ ਕਹਿੰਦਾ ਵੀ 1100 ਰੁਪਏ ਬਾਂਦਰ ਦੇ ਲੋਕ ਕਟਾਰੀਆਂ ਮਾਰਦੇ ਜ਼ੋਰਦਾਰ ਮੇਰੇ ਵੀਰੋ ਨਵੀਂ ਪੰਜਾਬ ਆਸਟ੍ਰੇਲੀਆ ਵਾਲਾ ਵੀਰ ਸਾਡਾ ਵੱਡੇ ਨਾਲ ਕਰ ਰਿਹਾ ਹੈ ਵੀ ਗੱਲ 1100 ਬਾਂਦਰ ਦੇ ਲਈ ਹੋਇਆ ਉਧਰਲੇ ਪਾਸੇ ਕਿਹੜੀ ਬਾਲ ਨਵੀਂ ਮੇਰੀ ਸ਼ੇਰ ਸਾਹਮਣੇ ਬਾਲ ਪਾਣੀ ਬਣਾ ਕਹਿੰਦੇ ਫੇਰ ਤਿਆਰ ਪਰ ਤਿਆਰ ਹੈ ਮੁਕਾਬਲਾ ਫੱਟਾ ਗੱਲਾਂ ਕਹਿੰਦੇ ਟਿਕਾਣੇ ਲੱਗਦੀ ਹੈ ਬਾਬ ਸਾਹਮਣੇ ਬਾਲ ਪਾਣੀ ਬਿਨਾ ਵਾਧਾ ਹੈ ਕੋਲੀ ਦੀਆਂ ਬਾਲਾਂ ਸਿਰ ਦੀ ਹੈ ਉਧਰ 1100 ਰੁਪਏ ਨਵੀਂ ਪਲੇਰ ਵੱਲੋਂ ਬਾਲਾਂ ਦੇ ਲਈ ਮੇਰੇ ਵੀਰੇ ਕੋਹਲੀ ਨੇ ਨਹੀਂ ਪੈਂਦਾ ਹੈ ਵੱਡੇ ਐਲਾਨ ਨਵੀਂ ਭਨੇ ਆਸਟ੍ਰੇਲੀਆ ਵਾਲਾ ਇਹ ਵੀ ਭਰਾ ਕਹਿੰਦਾ ਹੈ ਮਾਇਆ ਦੇ ਖੁੱਲੇ ਕਿੱਥੇ ਬਣਨੇ ਹੈ 1100 ਰੁਪਇਆ ਉਧਰ ਕੋਹਲੀ ਫੁੱਲੋਂ ਮਿੱਠਾ ਖੇਰੇ ਵਾਲੇ ਦੇ ਲਈ ਜਿਹੜਾ ਕਹਿੰਦੇ ਮੇਰੇ ਵੀਰੇ ਪੈਂਦਾ ਕਰ ਦਿੱਤਾ ਹੈ ਹਰਸ ਸਰਦਾ ਸਾਡਾ ਵੀਰ ਕਨੇਡਾ ਉਹਦੇ ਵੱਲੋਂ ਕਹਿੰਦੇ ਤਿੰਨੋ ਪਾਰੀਆਂ ਲੈ ਕੇ 100 ਦੇ ਵੱਡੇ ਬਾਲ ਆਇਆ ਫੀਰ ਆਰ ਤਿੰਨੋ ਪਾਰੀਆਂ ਦੇ ਲਈ ਇੱਕ 100-100 ਦੇ ਵੱਡੇ ਬਾਲ ਕਹਿੰਦੇ ਆਇਆ ਤੇ ਤਿੰਨੋ ਬਰਾਬਰ ਹਾਸਲ ਕਰ ਲੈਣਗੇ ਉਹ ਚ ਭਰਾ ਸਾਡਾ ਕਨੇਡਾ ਬੜਾ ਧੰਨਵਾਦ ਬਾਬ ਸਾਹਮਣੇ ਕੋਹਲੀ ਬਾਲ ਪਾਣੀ ਬਣਾ ਫੇਰ ਜਿਹੜਾ ਤਿਆਰ ਪਰ ਤਿਆਰ ਹੈ ਹਰ ਤਿਆਰ ਦਾ ਤਿਆਰ ਹੈ ਨਵੀਂ ਪਨੇਰ ਆਸਟ੍ਰੇਲੀਆ ਵਾਲੇ ਨੇ 1100 ਦੇ ਕੇ ਗੱਡੀ ਮਾਨ ਸਨਮਾਨ ਕੀਤੀ ਹੈ ਲਾਭ ਕੁੱਪ ਦੀ ਧਰਤੀ ਦਾ ਮੁੰਡਾ ਕਹਿੰਦੇ ਉਹ ਲਾਡੀ ਹੈ ਦੁਨੀਆਂ ਦਾ ਵੱਡਾ ਮਾਲ ਹੈ ਕਨੇਡਾ ਤੋਂ ਚੱਲ ਕੇ ਆਇਆ ਨਵੀਂ ਸੰਪਰਕ ਕਰੀਏ ਦੱਸਦਾ ਨਵੀਂ ਸਾਡਾ ਵੀਰ ਹੈ ਉਧਰ ਨਵੀਂ ਗੁਰਜੰਟ ਦੇ ਨਾਲ ਸੰਪਰਕ ਬਣਾਵੇ ਜੀ ਨਵੀਂ ਪਨੇਰ ਬਿੱਲਾ ਫੌਜੀ ਗੁਰਜੰਟ ਬਾਈ ਬੈਠਾ ਆਪਣੇ ਪੈਸੇ ਲੈ ਜਾਓ ਭਰਾ ਵਰਗੇ ਬਹੁਤ ਬੜਾ ਧੰਨਵਾਦ ਵੀਰ ਉਧਰ ਕਹਿੰਦਾ ਪਹਿਲਾਂ ਤੂੰ ਗੁਲਾਬ ਜਾਮੂ ਚੱਲ ਪਿਆ ਹਰ ਕਦੇ ਗੱਲਾਂ ਹੁੰਦੀਆਂ ਹੁਣ ਕਿਸੇ ਰੁਪਈਏ ਨੀ ਜਿੱਦ ਦਾ ਗੁਲਾਬ ਜਾਮੂ ਚੱਲ ਪਿਆ ਹਰ ਗੱਲਾਂ ਜਿਹੜੀਆਂ ਹੌਲੀ ਹੌਲੀ ਨਵੀਂ ਉਧਰ ਜਾਂਦਾ ਬਾਈ ਤੇ ਬਿੱਲਾ ਫੌਜੀ ਕਹਿੰਦਾ 200 ਹੋਰ ਕਰਦੇ ਬਾਲਰ ਜਾਂਟੇ ਭਰਾ ਵੱਲੋਂ ਤੇ ਨਾਲ ਕਹਿੰਦੇ ਬਿੱਲੇ ਫੌਜੀ ਵੱਲੋਂ 200 ਡਾਲਰ ਦੇ ਲਈ ਤਾਂ ਕੁੱਪ ਦੀ ਧਰਤੀਆ ਕਨੇਡਾ ਧੂੜ ਕੱਢੀ ਉਹਨਾਂ ਰੁਪਈਆਂ ਲਈ ਰਾਜਾ ਕਹਿੰਦਾ ਵੱਡੇ ਬਾਲ ਹੈ ਔਰ ਵੱਡਾ ਧਰਵਲ ਕਰਦੇ ਹੈ ਸ਼ਰਮਾ ਸਾਡਾ ਵੀਰ ਬੜਾ ਧਰਵਲ ਕਰਦੇ ਹੈ ਬਾਬ ਸਾਹਮਣੇ ਕੋਹਲੀ ਦੀ ਬਾਲ ਜਿਹੜੀ ਫੇਰ ਆਜੇ ਬਣ ਜਾਵੇ ਬਾਬ ਸ਼ਾਮੇ ਨੇ ਗੱਲੇ ਗੱਲੇ ਕਰਾਤੇ ਹੈ ਸ਼ਰਮਾ ਵੀ ਕਹਿਣਾ ਹੈ ਐਨ ਗੱਲਾਂ ਟਿਕਾਣੇ ਲਾ ਰਿਹਾ ਕਿ ਭਰਾਵਾਂ ਦਾ ਮੇਲਾ ਚੱਲ ਰਿਹਾ ਹੈ ਉਧਰ ਸ਼ਾਮੇ ਭਰਾਵਾਂ ਵੀ ਧੰਨਵਾਦ ਹੈ ਜੈਪੁਰ ਦਾ ਘੁੱਲਾ ਆਇਆ ਹੋਇਆ ਪ੍ਰਗਟ ਵਰਗੇ ਮੇਟੂ ਵਰਗੇ ਇਹਨਾਂ ਵੀਰਾਂ ਦਾ ਧੰਨਵਾਦ ਕਿਆ ਇਧਰਲੇ ਪਾਸੇ ਬਾਲ ਪਾਉਣ ਦੇ ਲਈ ਗੱਭਰੂ ਤਿਆਰ ਹੈ ਸਾਹਮਣੇ ਮੇਰੇ ਵੀਰੋ ਵੱਡਾ ਧੁੱਪ ਦੀ ਧਰਤੀ ਦਾ ਹੋਇਆ ਬਾਬਾ ਧੁੱਪ ਦੀ ਧਰਤੀ ਮੇਰੇ ਵੀਰੋ ਲਾਡੀ ਨਾਮ ਹਸੇ ਗੱਭਰੂ ਦਾ ਸ਼ਾਨ ਬਣਿਆ ਦਿਖਾ ਕਿਹਨੇ ਦੇਖਿਆ ਇਹ ਚਾਰ ਆਪਣੇ ਹਿੱਸੇ ਬਣਾ ਕੇ ਜੋੜ ਦਿੱਤੇ ਹੈ ਵੱਡਾ ਮੈਚ ਹੈ ਪੱਬੀਆਂ ਟੀਮਾਂ ਦੇ ਔਰ ਚੋਟੀ ਨੇ ਹਰਾ ਲਈ ਹੈ ਰਾਜੇ ਕੁਬਰ ਸਵਾਬ ਦਾ ਪੁੱਛ ਨਹੀਂ ਵੀਰੇ ਪੰਡਾ ਸਕੋਰ ਮੇਰੇ ਵੀਰੇ 1 ਓਵਰ ਦੀ ਸਮਾਪਤੀ ਦੇ ਬਾਅਦ ਬਣ ਗਏ ਹੈ ਉਧਰਲੇ ਪਾਸੇ ਬਹੁਤ ਵੱਡਾ ਧੰਨਵਾਦ ਹੈ ਆਸਟ੍ਰੇਲੀਆ ਵਾਲੇ ਨਵੀਂ ਪੰਡੇਰ ਦੇ ਯਾਰ ਦੋਸਤ ਤੱਕ ਰਹੇ ਅੱਜ ਦੇ ਖੇਡ ਵੇਲੇ ਨੂੰ ਵੱਡਾ ਧੰਨਵਾਦ ਉਹਨਾਂ ਭਰਾਵਾਂ ਦਾ ਸ਼ਰਨ ਸਰਾਏ ਗੁਰਵੀਰ ਸਿੰਧੂ ਗੋਪੀ ਸਿੰਧੂ ਅਮਰਿੰਦਰ ਵਾਲਾ ਗੁਰੀ ਦੇਵਲ ਰਵੀ ਦੇਵਲ ਤਲਵਿੰਦਰ ਦੇਵਲ ਸਨੀ ਮੰਗ ਰਾਬਨ ਰਾਏ ਗੋਪੀ ਢਿੱਲੋਂ ਗੁਰਪ੍ਰੀਤ ਮੱਲੀ ਤੇ ਨਾਲ ਜੱਸਾ ਸੰਧੂ ਹੈ ਮਹਿੰਦੀ ਰਾਏ ਹੈ ਸੱਤੀ ਸੱਤੂ ਗਿੱਲ ਹੈ ਇਹ ਭਰਾ ਕਹਿੰਦੇ ਆਸਟ੍ਰੇਲੀਆ ਵਾਲੇ ਯਾਰ ਦੱਸੇ ਨਵੀਂ ਦੇ ਭਾਵਾਂ ਵਰਗਾ ਪਿਆਰ ਹੈ ਵੀ ਯਾਰ ਗਿਣਤੀ ਦੇ ਭਾਵੇਂ ਸਾਡੇ ਗੋਰੀਏ ਪਰ ਕਹਿਣ ਦੀ ਨੀ ਗੱਲ ਸਾਰੇ ਬੰਬ ਨੇ ਉਧਰ ਨਵੀਂ ਪੰਡੇਰ ਦੇ ਯਾਰ ਦੋਸਤ ਜਿਹੜੇ ਹੋਏ ਹੈ ਔਰ ਵੱਡਾ ਧੰਨਵਾਦ ਕਰਦੇ ਹੈ ਗੁਰਵੀਰ ਸਿੰਧੂ ਗੋਪੀ ਸਿੰਧੂ ਵਰਿੰਦਰ ਵਾਲਾ
ਗੁਰੀ ਦਿਓਲ, ਰਵੀ ਦਿਓਲ, ਕੁਲਵਿੰਦਰ ਦਿਓਲ, ਸਨੀ ਮੰਡ, ਰਾਬਿੰਦ ਰਾਏ, ਗੋਪੀ ਢਿੱਲੋਂ, ਜਲਪ੍ਰੀਤ ਮੱਲੀ, ਜੱਸਾ ਸੰਧੂ ਮੈਂਡੀ ਰਾਏ ਤੇ ਸੱਤੂ ਗਿੱਲ ਦਾ ਵੱਡਾ ਧੰਨਵਾਦ ਕਰਦੇ ਹਾਂ। ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਸਾਰੇ ਭਰਾਵਾਂ ਦਾ ਪਟਾਕੇ ਪੂਰੇ ਪੜ ਗਏ ਬਾਹਰ ਜਿਹੜਾ ਠੰਗ ਗੁਰੂ ਜੰਮਲਾ ਪਵਿੱਤਰੂ ਪਵਿੱਤਰ ਦੇ ਨਾਗਾ ਚੋ ਖੜਪੇ ਸੱਪ ਪਵਿੱਤਰੂ ਲੰਘਿਆ ਪੜਦਾ ਜਿਹੜਾ ਗੱਲ ਸੱਚ ਕਹਿ ਗਿਆ ਅੱਜ ਸ਼ਾਮ ਨੂੰ ਵੇਖਾਂਗੇ। ਆਓ ਸ਼ਾਮ ਦਾ ਕ੍ਰਿਕਟ ਕੱਪ ਕੌਣ ਲੈ ਗਿਆ, ਆਓ ਜੇਤੂਗਾ ਅੱਜ ਦੇ ਖੇਡ ਮੇਲੇ ਨੇ ਪਤਾ ਕੁਝ ਨੀ ਟੰਗਦਾਲੀ ਵਾਲੇ ਜੇ ਆਹ ਮੁੰਡੇ ਦੀ ਵਿਕਟ ਆਊਟ ਕਰ ਲਈ ਨਾ ਅੱਧਾ ਮੈਚ ਤੁਹਾਡੇ ਵਾਲੇ ਪਾਸੇ ਆ ਜਾਣਾ ਹੈ। ਕੋਹਲੀ ਬਾਲ ਪਾਉਣ ਦੇ ਲਈ ਤਿਆਰ ਹੈ, ਟੰਗਦਾਲੀ ਦੀ ਧਰਤੀ ਹੈ, ਜੀਵਨਪੁਰ ਦਾ ਬੋਗੋ ਖੇਡ ਰਿਹਾ ਉਧਰਲੇ ਪਾਸੇ। ਮੈਨੂੰ ਲੱਗਦਾ ਮਣੀ ਸੌਖੇ ਨੀ ਮੁੰਡਿਆਂ ਨੇ ਜਿੱਤਣ ਦੇਣੇ, ਆਹ ਟੰਗਦਾਲੀ ਵਾਲਿਆਂ ਨੇ ਸੌਖੇ ਨੀ ਜਿੱਤਣ ਦੇਣੇ। ਮੰਡਾ ਕਦੇ ਫਾਲਾ ਪਾਉਂਦਾ ਵੱਡਾ ਬਾਲਾ ਸਦੀ ਫਿਰਦਾ, ਔਰ ਨਾਮ ਕਦੇ ਦਰਬਾਰ ਚੱਲਦਾ ਲੋਟ ਵੱਡੀ ਵਾਲਾ ਸੋਝਿਆ ਅੰਪਾਇਰ ਆ ਮੇਰੇ ਪੰਜਾਬੀ ਵੀਰੋ, ਸੋਝਿਆ ਹੋਇਆ ਅੰਪਾਇਰ ਹੈ, ਵੱਡੀ ਜ਼ਿੰਮੇਵਾਰੀ ਹੈ ਮੇਰੇ ਵੀਰੋ। ਪਰ ਕੋਹਲੀ ਜਿਹੜੇ ਹਿਸਾਬ ਨਾਲ ਅਪੀਲ ਕੀਤੀ ਸੀ ਨਾ ਤੇ ਕਹਿੰਦੇ ਮੇਰੇ ਵੀਰੋ ਗੁੱਪ ਵਾਲੇ ਇੱਕ ਦੂਜੇ ਵੱਲ ਝਾਕਦੇ ਸੀਗੇ ਵੀ ਆਹ ਤੇ ਉਹੀ ਗੱਲ ਬਣੀ ਜਾਂਦੀ ਹੈ ਜਿਹੜੀ ਟੋਂਗ ਵਾਲਿਆਂ ਨਾਲ ਬਣੀ। ਹਾਉ ਸਾਹਮਣੇ ਠਾਕੇ ਠਾਕੇ ਸ਼ਕੰਜਾ ਟੈਟ ਕੀਤਾ ਹੈ, ਚੂੜੀਆਂ ਟੈਟ ਕੀਤੀਆਂ ਹੋਈਆਂ ਬੰਦਿਆਂ ਨੇ, ਔਰ ਬੱਲੇ ਬੱਲੇ ਕਢਾ ਰਿਹਾ ਹੈ ਫਾਲ ਫੇਰ ਦੂਜੇ ਪਾਸੇ ਕਰਾਲ ਕਰ ਦਿੱਤੀ ਹੈ ਖੇਡਾ ਸ਼ਾਦ। ਛੇ ਸਕੋਰ ਬਣਾ ਕੇ ਦੇ ਛੋੜ ਗਏ ਆਪਣੇ ਹਿੱਸੇ, ਛੇ ਸਕੋਰ ਜਿਹੜੇ ਬੰਦੇ ਨੇ ਕਹਿੰਦੇ ਛੋੜ ਦਿੱਤੇ ਹੈ। ਅਗਲੀ ਵਾਰ ਫੇਰ ਰਾਵੇਤਾ ਦੀ ਆ ਰਹੀ ਹੈ ਨੌਜਵਾਨ, ਆਹ ਕੋਹਲੀ ਬਾਲਾ ਪਾਉਣ ਦੇ ਲਈ ਤਿਆਰ ਬਲ ਤਿਆਰ ਹੈ, ਜੀਵਨਪੁਰ ਦੀ ਧਰਤੀ ਦਾ ਬੋਂਗੋ ਆ ਮੁਫੀ ਵਾਲਾ ਦਰਸ਼ਨ ਮਾਨ ਕਰਦਾ ਹੈ ਔਰ ਮਾਨ ਕਰਦਾ ਜੱਸਾ ਜੋਧਾ ਵਾਲਾ ਗੁਰਜੀਤ ਵਰਗੇ ਪੰਮ ਨੌਰਵੇ ਵਰਗੇ ਮਾਨ ਕਰਦੇ ਹੈ ਤੇ ਬੋਂਗੋ ਨੂੰ ਆਊਟ ਕਰਦਾ ਹੈ। ਨਵੀਂ ਪਨੇਰ ਆਸਟ੍ਰੇਲੀਆ ਵਾਲਾ ਕਹਿੰਦਾ ਆਹ ਮੁੰਡੇ ਨੂੰ 1100 ਦੇਵਾਂਗੇ, ਜੋ ਜੀਵਨਪੁਰ ਦੇ ਬੋਂਗੋ ਨੂੰ ਆਊਟ ਕੀਤਾ ਨਵੀਂ ਪਨੇਰ ਆਸਟ੍ਰੇਲੀਆ ਵਾਲਾ ਕਹਿੰਦਾ 1100 ਕਰ ਦਿਓ। ਪਹਿਲਾ ਸਿਰੇ ਨਾਲ ਚੱਲ ਰਿਹਾ ਔਰ ਨਵੀ ਧਨੇਰ ਕਹਿੰਦਾ 1100 ਰੁਪਇਆ ਦੇਵਾਂਗੇ ਆਪਾਂ ਮੁੰਡੇ ਵਿਕਟ ਆਊਟ ਕਰ ਦਿੱਤੀ, ਰੁਪਇਆ 1100 ਦਿੱਤਾ ਜਾਊਗਾ ਮੇਰੇ ਪੰਜਾਬੀ ਵੀਰੋ। ਉਧਰ ਨਵੀ ਧਨੇਰ ਆਸਟ੍ਰੇਲੀਆ ਦੇ ਵੀਰ ਵੱਲੋਂ ਤਾਂ ਗੱਲ ਪਾਉਣ ਦੇ ਲਈ ਗੱਲੋਂ ਤਿਆਰ, ਨਵੀ ਕੋਹਲੀ ਤੇਰੇ ਲਈ 200 ਫੌਜੀ ਵੱਲੋਂ ਜੈਟੇ ਵੱਲੋਂ ਤੇ 1100 ਨਵੀ ਧਨੇਰ ਵੱਲੋਂ ਤੇਰੇ ਲਈ ਵੱਡਾ ਮਾਨ ਸਨਮਾਨ ਆਏ ਹੈ। ਔਰ ਨਵੀ ਧਨੇਰ ਬੈਠਾ ਨਵੀ ਨੌਜਵਾਨ ਜੇਲ ਦੇ ਵਿੱਚ ਪਾ ਲਿਆ ਔਰ ਨਵੀ ਮਾਨ ਕਰ ਰਿਹਾ ਹੈ, ਜਿਸ ਵੇਲੇ ਕਨੇਡਾ ਮਾਨ ਕਰਦਾ ਗੁਰਜੈਟ ਵਰਗੇ ਮਾਨ ਕਰਦੇ ਆ, ਬਿੱਲਾ ਫੌਜੀ ਵਰਗੇ ਮਾਨ ਕਰਦੇ ਆ, ਜੱਗਾ ਭੰਗੇਰ ਬੈਠਾ ਉਹ ਵੀ ਕਹਿੰਦਾ ਵੀ ਐਨ ਗੱਲਾਂ ਟਿਕਾਣੇ ਆ ਸਾਹ ਦੇ ਆਪਣੇ ਬਾਕੀ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਤੇ ਗੱਲਾਂ ਟਿਕਾਣੇ ਲੱਗਦੇ ਆ ਵੀ ਚਾਹੀਦੀ ਹੈ ਕਿਉਂਕਿ ਬਿੱਲਾ ਛੋਟਾ ਵੀ
ਬਾਲਾ ਪੱਟਾ ਧੂੜੀ ਵਾਲਿਆ ਜਿਹੜਾ ਕਦੇ ਖੇਡਿਆ ਜਾ ਰਿਹਾ ਇਹਨਾਂ ਸ਼ੂਟਾਂ ਦੀ ਪਰ ਸਾਹਮਣੇ ਫਾਲ ਜਿਹੜੀ ਭਾਰੀ ਹੈ ਅਗਲੀ ਬਾਲ ਪਾਉਣ ਦੇ ਲਈ ਤਿਆਰ ਹੈ ਕੰਗਰਾਲੀ ਤਿੰਨ ਹਮਲਿਆ ਵਾ ਸੈਮੀ ਫਾਈਨਲ ਮੈਚ ਚੱਲ ਰਿਹਾ ਇੱਕ ਲੱਖ ਰੁਪਇਆ ਪਾਉਣ ਜਿੱਤ ਗਾਜ ਦੇ ਖੇਡ ਮੇਲੇ ਦੇ ਉੱਪਰ ਇਹ ਥੋੜੇ ਸਮੇਂ ਦੇ ਵਿੱਚ ਪਤਾ ਲੱਗੂਗਾ ਮੇਰੇ ਵੀਰੋ ਆਹ ਬਾਲ ਪੈਣ ਦੇ ਲਈ ਇਸ ਸਮੇਂ ਕਹਿੰਦੇ ਖੇਡ ਗਰਾਊਂਡ ਦੇ ਅੰਦਰ ਬਾਲ ਪੈਂਦੀ ਹੈ ਪਰ ਬਾਲ ਵਾਈਡ ਖੇਡ ਦੇ ਮੈਦਾਨ ਦੇ ਅੰਦਰ ਮਗਰ ਵੀ ਇੱਕ ਸਕੋਰ ਜੜ ਗਿਆ ਹੈ ਦੋ ਬਾਲ ਦੇ ਇਸ਼ਾਰੇ ਬਣ ਗਏ ਹੈ ਫ੍ਰੀ ਇੱਕ ਬਾਲ ਹੋ ਰਹੀ ਹੈ ਦੋ ਬਾਲ ਜੁੜ ਗਈ ਹੈ ਖਿਲਾੜੀ ਬਾਲਾ ਪਾਉਂਦਾ ਮੈਚ ਬੜਾ ਤਗੜਾ ਖੇਡਿਆ ਕਿਸਾਨਾਂ ਦੇ ਗੱਲ ਫੰਡੇ ਹੋ ਗਏ ਹੱਕ ਮੰਗਦੀਆਂ ਧੀਆਂ ਦੇ ਲਈ ਅੱਜ ਨੌਕਰੀ ਦੀ ਥਾਂ ਡੰਡੇ ਹੋ ਗਏ ਕੋਲੇ ਦੇ ਤਾਂ ਸੁਣੇ ਸੀ ਮਿੱਤਰੋ ਅੱਜ ਕੱਲ ਚਿੱਟੇ ਦੇ ਵੀ ਧੰਦੇ ਹੋ ਗਏ ਕੋਲੇ ਦੇ ਤਾਂ ਸੁਣੇ ਸੀ ਮਿੱਤਰੋ ਅੱਜ ਕੱਲ ਚਿੱਟੇ ਦੇ ਵੀ ਧੰਦੇ ਹੋ ਗਏ ਬਾਕੇ ਬਾਕੇ ਕਈ ਕਹਿੰਦੇ ਚੁੱਲੇ ਦੀ ਅੱਗ ਠੰਡੀ ਭਗਤੀ ਹੈ ਇਹ ਨਸ਼ੇ ਨੇ ਔਰ ਗੱਲਾਂ ਕਦੇ ਹੁੰਦੀਆਂ ਫੈਸਲੇ ਕਦੇ ਹੋਣਗੇ ਪਰ ਅੱਜ ਦਾ ਪੱਡਾ ਜਿਹੜਾ ਖੇਡਿਆ ਜਾ ਰਿਹਾ ਹੈ ਤੇ ਨਸ਼ੇ ਵਿੱਚ ਪੈ ਕੇ ਜਿਹਦਾ ਗਾ ਦੀ ਜਵਾਨੀ ਖਾਲੀ ਖਰਗੜ ਜੋਤਾ ਹੈਲੀ ਠੀਸ ਬਣਾਨੀ ਉਹ ਸਾਰਿਆਂ ਨੂੰ ਪਤਾ ਨਸ਼ਾ ਖਾ ਦਿੰਦਾ ਸਰੀਰ ਐਵੇਂ ਫੁੱਕਰ ਕੋਲੇ ਚ ਲੈ ਕੇ ਜਾਂਦੀ ਹੈ ਮਰੀਰ ਖੁਸ਼ ਕੋਟਰੇ ਵਾਲਾ ਯਾਰੋ ਪਹਿਲਾਂ ਸੱਚੀਆਂ ਸੁਣਾਉਂਦਾ ਸਾਹਮਣੇ ਸਰੀਰ ਸਾਹਮਣੇ ਕੰਮ ਆਉਂਦਾ ਸਾਹਮਣੇ ਸਰੀਰ ਕਹਿੰਦੇ ਸਾਹਮਣੇ ਹੀ ਕੰਮ ਆਉਂਦਾ ਪਰ ਇਧਰਲੇ ਪਾਸੇ ਸਰੀਰ ਸਾਹਮਣਾ ਪੈਂਦਾ ਖੁਰਾਕਾਂ ਖਾਣੀਆਂ ਪੈਂਦੀਆਂ ਤੇ ਦੱਸਦੀਆਂ ਜੀ ਦੋ ਵਾਰ ਵੀਰ ਜੀ ਕਿੰਨੇ ਵਰ ਗਏ ਨੇ ਵੀ ਕੈਦ ਸ਼ਰਤਾ ਰਾਜਾ ਨੇ ਕੈਦ ਸ਼ਰਤਾ ਉਹਨੇ ਮਨੀ ਕੈਦ ਨਹੀਂ ਛੱਡਿਆ ਉਹਨੇ ਤੇ ਮੈਚ ਹੀ ਸ਼ਰਤਾ ਹੋਰ ਸਾਰੇ ਟਾਈਮ ਤੋਂ ਟੁੱਟ ਕੇ ਪੈਂਦੇ ਕਜਰੋਸ ਕੱਟ ਲਾਉਂਦਾ ਫੜਾ ਮੈਨੂੰ ਲੱਗਦਾ ਕਿਤੇ ਤੋਰ ਕੇ ਨਾ ਲੈ ਕੇ ਜਾਣ ਕੀ ਤੰਗਲਾਲੀ ਵਾਲੇ ਕਿਤੇ ਤੋਰ ਕੇ ਨਾ ਲੈ ਕੇ ਜਾਣ ਚੌਂਤੀ ਬਣ ਗਏ ਲਓ ਚੌਂਤੀ ਸਕੋਰ ਜਿਹੜੇ ਖੇਡ ਗਰਾਊਂਡ ਦੇ ਅੰਦਰ ਬਣ ਗਏ ਹੈ ਬਣਾਉਣੇ ਤੇ ਮਨੀ ਵਾਲੀ ਸ਼ੇਰ ਦੇ ਧਾਲੀ ਸਾਹਮਣੇ ਸਾਹਮਣੇ ਪਾਕੇ ਬਣੇ ਕਹਿੰਦੇ ਥੱਲੇ ਬਣੇ ਕਰਵਾਰੋ ਹੈ ਫੈਸਲੇ ਜਿਹੜੇ ਕਹਿੰਦੇ ਫੱਦੇ ਹੁੰਦੇ ਹੈ ਅਗਲੀ ਬਾਲ ਬਣਾ ਫੇਰ ਜਿਹੜਾ ਕਦੇ ਫੜੇਗਾ ਅੱਜ ਦਾ ਫੱਡਾ ਕਰਤਾ ਵੱਡੀ ਕਦੇ ਰੌਣਕ ਜਿਹੜੀ ਕਦੇ ਲੱਗੀ ਹੋਈ ਹੈ ਦੋਵੇਂ ਫੇਰ ਦੇ ਸਾਹ ਵਿੱਚ ਲਓ ਬਾਲ ਕਰੀਏ ਜੀ ਤੋਂ ਵਾਲੀ ਦੀ ਟੀਮ ਨੇ ਖਿਲਾਰੀ ਗੁਰਜੀ ਬਾਲ ਕਰੀਏ ਆਪਾਂ ਜਲਦੀ ਡਾਕਟਰ ਫੌਰ ਹਾਈ ਉਹ ਸਟੇਜ ਤੇ ਆ ਜਾਂਦੇ ਆਪਾਂ ਸਰਕਾਰ ਹਾਸਲ ਕਰ ਲੈਣ ਨਵੀਂ ਭੋਲੇ ਦਾ ਹੀ ਦੇਖ ਲਾ ਕੋਈ ਹੋਰ ਭੋਲਾ ਫਿਲਮ ਵਾਲੀ ਹੈ ਪਰ ਗੱਲਾਂ ਜਿਹੜੀ ਇੱਕ ਅੱਗੇ ਹੋਈ ਹੈ ਨਾ ਉਸ ਸਾਹਮਣੇ ਬਾਲ ਪਾਉਣੀ ਜਾਂਦੇ ਬੜਾ ਤਿਆਰ ਹੈ ਨਾ ਬਾਲ ਪਾਉਣ ਦੇ ਲਈ ਗੱਭਰੂ ਤਿਆਰ ਬੜਾ ਤਿਆਰ ਹੈ ਸਾਹਮਣੇ ਕਹਿੰਦੇ ਮੇਰੇ ਵੀਰੇ ਜੀਵਨਪੁਰ ਦੀ ਧਰਤੀ ਦਾ ਕੀਤ ਸਵਰਗੇ ਹਾਸਾ ਨੂੰ ਅਕਸ਼ਰ ਕਰਦਾ 1100 ਰੁਪਇਆ ਭੋਲਾ ਕਹਿੰਦਾ ਕਨੇਡਾ ਨਵੀਂ ਮਲਕੀਤ ਹੋਗਾ ਤਕੜਾ ਲਓ ਬਾਲ ਪਾਉਣ ਦੇ ਲਈ ਗੱਭਰੂ ਤਿਆਰ ਬੜਾ ਤਿਆਰ ਹੈ ਮੇਰੇ ਵੀਰੇ ਤੰਗ ਵਾਲੀ ਦੀ ਧਰਤੀ ਹੈ ਉਧਰਲੇ ਪਾਸੇ 34 ਰਨ ਬਣ ਗਏ ਮੁੰਡਿਆਂ ਦੇ 71 ਬਣਾਉਣੇ ਹੈ ਲਓ ਬਾਲ ਪਾਉਣ ਦੇ ਲਈ ਗੱਭਰੂ ਤਿਆਰ ਜੀਵਨਪੁਰੀਆ ਬੰਗੋ ਆਹ ਬੰਗੋ 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 ਰਨ 4 ਫੇਰ ਜੁੜ ਗਿਆ ਮੇਰੇ ਵੀਰੋ ਰਨ ਜਿਹੜੇ 4 ਇਸ ਸਮੇਂ ਫੇਰ ਜੁੜ ਗਏ ਹੈ ਰੰਗਲੇ ਪੰਜਾਬ ਦੀ ਧਰਤੀ ਹੈ ਗੁਰੂਆ ਪੀਰਾ ਪੀਰ ਪੈਗੰਬਰਾਂ ਸੂਰਮੇ ਯੋਧਿਆਂ ਦੀ ਧਰਤੀ ਦੇ ਉੱਪਰ ਵੱਡੀ ਰੌਣਕ ਲੱਗੀ ਹੈ ਜ਼ਿਲ੍ਹਾ ਲੁਧਿਆਣਾ ਹੈ ਸਿਆੜ ਦੀ ਧਰਤੀ ਹੈ ਆਹ ਵੱਡਾ ਖੇਡ ਮੇਲਾ ਕਰਾ ਦਿੱਤਾ ਪ੍ਰਬੰਧਕਾਂ ਨੇ ਜੱਗਾ ਭੰਗੇਰ ਜਸਮਨ ਕਨੇਡਾ ਗੁਰਜੰਟ ਜਾਟਾ ਆਹ ਨਵੀਂ ਭੰਗੇਰ ਆਸਟ੍ਰੇਲੀਆ ਮਨੀ ਆਸਟ੍ਰੇਲੀਆ
ਔਰ ਦਿੱਲੇ ਫੌਜੀ ਵਰਗੇ ਤੇ ਦਿੱਲਾਂ ਸਿਆੜ ਜਤਿੰਦਰ ਸਿਆੜ ਅਗੰਦੀਪ ਸਿਆੜ ਇਹਨਾਂ ਸਾਰੇ ਵੀਰਾਂ ਦਾ ਅਰਸ਼ ਵਰਗੇ ਹਰਸ਼ ਵਰਗੇ ਔਰ ਜਿੰਨੇ ਭਰਾ ਨੇ ਸਾਡੇ ਇਹਨਾਂ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ। ਵੱਡਾ ਟੱਪ ਕਰਾਂ ਰੋਟਾਂ ਮੁੰਡਿਆਂ ਦੇ ਪਰ ਜੀਵਨ ਪੁਰੀਆ ਆਊਟ ਕਰ ਲਓ ਲਵੀ ਤੁੰਗ ਵਾਲੀ ਵਾਲਿਓ ਜੇ ਆਹ ਮੁੰਡਾ ਆਊਟ ਕਰ ਲਿਆ ਨਾ ਤੇ ਮੈਚ ਆਖਰੀ ਓਵਰ ਤੇ ਆਖਰੀਆਂ ਬਾਲਾਂ ਤੱਕ ਜਾਊ। ਗੱਲ ਪੱਕੀ ਹੈ, ਗੱਲ ਪੱਕੀ ਹੈ, ਮੇਲਾ ਬਣ ਜਾਣਾ, ਮੇਲਾ ਬਣ ਜਾਣਾ। ਉਹ ਸਮਝਾਉਂਦਾ ਕਿ ਬਾਲਾਂ ਤਗੜੀਆਂ ਪੌੜੀਆਂ ਪੜੀਆਂ ਫੈਸਲੇ ਫੇਰ ਜਿਹੜੇ ਕਹਿੰਦੇ ਪੱਤੇ ਹੋਰ ਗਏ ਰਹੇ ਹੋ ਕਿ ਸੱਚ ਕੀਤੀ ਆ ਰਹੀ ਹੈ ਗੱਲਾਂ ਕਹਿੰਦੇ ਹੁੰਦੀਆਂ ਨਾ ਉਸ ਸਾਹਮਣੇ ਜਾਲ ਵਿਛਾਇਆ ਜਾ ਰਿਹਾ ਆ ਗਿਆ ਇਹਨੂੰ ਜਾਲ ਕਹਿ ਸਕਦੇ ਕਿ ਲੱਖ ਨੂੰ ਜੁੱਪਣ ਲਈ ਨਾ ਉਸ ਸਾਹਮਣੇ ਵੱਡਾ ਮਗਰ ਮੱਛ ਜਿਹੜਾ ਕਹਿੰਦੇ ਫਰਨਾ ਪਾਰਾ ਚਾਲੇ ਡਾਇਡਾ ਨਾ ਉਸ ਸਾਹਮਣੇ ਝੂਠ ਰਾਜਾਰੀ ਉਹ ਸਾਹਮਣੇ ਗੁਲੀਬਾਲ ਪਾਣੀ ਵੱਡਾ ਫੇਰ ਜਿਹੜਾ ਪਿਆਰ ਪਰ ਪਿਆਰ ਹੈ ਉਹ ਸਾਹਮਣੇ ਗੱਲਾਂ ਕਹਿੰਦੇ ਹੁੰਦੀਆਂ ਫੈਸਲੇ ਹੋਣਗੇ ਪਰ ਵੱਡਾ ਕਸਕੂਰ ਆਪਣੇ ਹਿੱਸੇ ਕਹਿੰਦੇ ਜੋੜਦਾ ਹੈ। ਉਹ ਕਰਨ ਮੁੰਡੇ ਨੇ ਆਪਣੀ ਟੀਮ ਦੇ ਲਈ ਜੋੜਿਆ ਇੱਕ ਗੱਲ ਪੱਕੀ ਹੈ ਵੀ ਕੁੱਪ ਕਰਾਂ ਵੀ ਟੀਮ ਕੱਲੀ ਕੱਲੀ ਬਾਲ ਦੇ ਉੱਪਰ ਰੱਬ ਨੂੰ ਧਿਆ ਰਹੀ ਹੈ ਤੇ ਧਿਆਉਣਾ ਬਣਦਾ ਵੀ ਹੈ ਤੇ ਮਣੀ ਬਈ ਕੁੱਪ ਵਾਲਿਆਂ ਨੇ ਵੀ ਰਿਕਾਰਡ ਬਣਾਇਆ ਵੀ ਸਭ ਤੋਂ ਵੱਧ ਸੈਮੀ ਫਾਈਨਲ ਹਾਰਨ ਵਾਲੀ ਕੁੱਪ ਕਰਾਂ ਦੀ ਟੀਮ ਹੋਈ ਹੈ ਵੀ ਸਭ ਤੋਂ ਵੱਧ ਸੈਮੀ ਫਾਈਨਲ ਜੋ ਹਾਰੀ ਹੈ ਤਾਂ ਕੁੱਪ ਵਾਲੇ ਮੁੰਡੇ ਹਾਰੇ ਆ ਕੀ ਉਹਦੇ ਸਾਡੇ ਬੜੇ ਸਤਿਕਾਰ ਹੋਗਾ ਹਰ ਪੰਜਾਬ ਪੁਲਿਸ ਇਹ ਭਰਾ ਤੋਂ ਸਨਮਾਨ ਹਾਸਲ ਕਰ ਲੈਂਦਾ ਡਾਕਟਰ ਸਾਹਿਬ ਸਾਡਾ ਪੰਜਾਬ ਪੁਲਿਸ ਇਹ ਆਪਣੇ ਸਨਮਾਨ ਜਿਹੜਾ ਕੇ ਜ਼ਰੂਰ ਹਾਸਲ ਕਰਨਗੇ ਅਪੀਲ ਕਰਨਾ ਮੇਰੇ ਵੀ ਫਰਜ਼ ਹੈ ਮੁੰਡਿਆਂ ਦਾ ਨਾ ਉਧਰਲੇ ਪਾਸੇ ਬਾਲ ਪਾਉਣ ਦੇ ਲਈ ਗੱਭਰੂ ਤਿਆਰ ਪਤਾ ਵੀ ਲੱਗ ਗਿਆ ਨੂਰ ਵਾਲਾ ਦੇ ਵਿੱਚੋਂ ਆਹ ਮੁੰਡਾ ਮੋਟਰਸਾਈਕਲ ਦਾ ਜੇਤੂ ਬਣਿਆ ਕਈ ਮੋਟਰਸਾਈਕਲ ਕਈ ਕੂਲਰ ਕਈ ਵਾਸ਼ਿੰਗ ਮਸ਼ੀਨਾਂ ਮੁੰਡੇ ਨੇ ਜਿੱਤੀਆਂ ਦਾ ਜੇਤੂ ਬਣੇ ਹੈ ਗਰੀਬ ਲੜਕੀਆਂ ਦੇ ਆਹ ਮੁੰਡੇ ਨੇ ਕਹਿੰਦੇ ਮੇਰੇ ਵੀਰ ਆਪਣੀਆਂ ਸੀਰੀ ਦਾ ਜਿੱਤ ਜਿੱਤ ਦਿੱਤੀ ਹੈ ਵੱਡੇ ਦਿਲ ਦਾ ਇਨਸਾਨ ਹੈ ਕੁੱਪ ਵਾਲਾ ਲਾਡੀ ਹੈ ਥੱਲੇ ਫਰਾਰੀ ਆਹ ਧੋਰੀ ਵਾਲਾ ਪੱਖਾਂ ਮੇਰੇ ਵੀਰ ਸੋਹਣਾ ਕੈਚ ਫੜ ਗਿਆ ਲਵੀ ਮਨੀ ਇੱਕ ਵੱਡੀ ਵਿਕਟ ਹੋਰ ਚਲਾ ਗਿਆ ਸੱਤ ਤਰੀਕ ਤੁੰਗਾਲੀ ਦੇ ਟੂਰਨਾਮੈਂਟ ਦੀ ਹੋਣੀ ਹੈ ਤੇ ਸੱਤ ਤਰੀਕ ਨਸ਼ਹਿਰੇ ਟਮਾ ਵਿੱਚ ਇੱਕੋ ਦੋ ਹੱਥ ਟੀਮਾਂ
ਔਰ 75 ਪੁਆਇੰਟ ਦਿੱਤਾ ਹੋਇਆ ਦੁਸ਼ਹਿਰੇ ਪਟਵਾ ਚ ਕੁਝ ਦੇ ਵਿੱਚ ਕਹਿੰਦੇ ਜੋ ਰਿਓ ਦੁਨੀਆ ਕਹਿੰਦੇ 8 ਟੀਮਾਂ ਔਰ 75 ਪੁਆਇੰਟ ਦਿੱਤਾ ਜਾਣਾ ਹੈ। ਹੋ ਸਕਦਾ ਕੱਲ ਨੂੰ ਫੈਸਲਾ ਹੋਵੇ ਆਲ ਉੱਪਰ 1,71,00 ਹੋ ਗਏ ਕੱਲ ਨੂੰ 7 ਤਰੀਕ ਦਾ ਔਰ ਕਦੇ ਕੱਲ ਨੂੰ ਫੈਸਲਾ ਹੋਵੇ ਹੋ ਸਕਦਾ ਆਲ ਉੱਪਰ 1,71,00 ਹੋਵੇ ਮੇਰੇ ਵੀਰ ਪਰ ਦੱਸੋ ਜੀ ਕਿੰਨੇ ਬਣ ਗਏ। ਕੀ ਹਾਲ ਆ ਗੋਪੀ ਵੀਰੇ, ਗੋਪੀ ਸੀ ਆਪਣਾ ਭਰਾ, ਹੋਰ ਵੀਰੇ ਠੀਕ ਹੋ? 51 ਬਣ ਗਏ, 20 ਸਕੋਰ ਬਾਕੀ ਹੈ ਜੀ ਮੈਚ ਨੂੰ ਜਿੱਤਣ ਦੇ ਲਈ। ਜੀ 3 ਵਾਲੀ ਦੀ ਟੀਮ ਖੜ ਜਾਵੇ ਜਲਦੀ ਨਾਲ, 20 ਸਕੋਰ ਜਿਹੜੇ ਬਾਕੀ ਨੇ ਪਤਾ ਨਾ ਬੁਲਾ ਰਹੇ ਨੇ ਕੀ ਹੋ ਰਿਹਾ ਗਰਾਊਂਡ ਦੇ ਅੰਦਰ, ਜੇ ਬਾਊ ਦਾ ਕੈਚ ਫੜਿਆ ਹੁੰਦਾ ਕੀ ਹੋ ਰਿਹਾ, ਕੋਈ ਹੋਰ ਗੱਲਾਂ ਹੋਣੀਆਂ ਸੀ, ਕੋਈ ਫਰਕ ਨਹੀਂ ਹੋਇਆ। 20 ਰਨ ਰਹਿ ਗਏ, ਹਰਮਨ ਧੂਰੀ ਆ ਗਿਆ ਤੇ ਮਨੀ ਸ਼ੇਰ ਦੇ ਘਰ ਅੱਗੇ, ਕੁਝ ਵੀ ਹੋ ਸਕਦਾ ਇੱਕ ਵਾਲੇ ਨੇ ਬਾਕੀ ਆ, ਬਸ ਵੀ ਕਰ ਸਕਦੇ ਆ, ਕੁਝ ਨਹੀਂ ਕਰ ਸਕਦੇ ਇਹ ਪਰਚਾਰ ਹਰਮਨ ਧੋਰੀ ਜੀ ਕੈਮਰਾ ਬਣਾ ਸਕੋ ਜੁਦੀ ਚੜਾਈ ਆ ਪੂਰੀ, ਹਰਮਨ ਧੋਰੀ ਕਹਿੰਦੇ ਬਾਲ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ ਜੋ ਜੀ ਦੱਸੇ ਬੱਕਣ ਜ਼ਰੂਰ ਆਵੋ ਕਹਿੰਦੇ ਕੋਲ ਉਧਰ ਜੀਵਨ ਪੁਰੀਆ ਬੋਂਗੋ ਖੇਡ ਗਰਾਊਂਡ ਦੇ ਅੰਦਰ ਕਹਿੰਦੇ ਬਾਲਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਹੈ। ਰਾਸ਼ਟਰ ਦੇ ਲਈ ਸਰਪ੍ਰਾਈਜ਼ ਹੋਣੇ ਅੱਜ ਦੇ ਟੂਰਨਾਮੈਂਟ ਦੇ ਉੱਪਰ, ਪਰ ਐ ਨੀ ਤੁਹਾਡਾ ਸਰਪ੍ਰਾਈਜ਼ ਹੋਣਗੇ ਕੀ ਖੇਡ ਗਰਾਊਂਡ ਦੇ ਅੰਦਰ ਹਰਮਨ ਧੋਰੀ ਵਾਲਾ ਬਾਲਾ ਪਾਉਣਾ ਹੈ ਪਰ ਜੀਵਨ ਪੁਰੀਆ ਬੋਂਗੋ ਇਸ ਸਮੇਂ ਖੇਡ ਗਿਆ ਰਨ ਸਿੰਗਲ ਮੁੰਡੇ ਨੇ ਜੋੜ ਲਿਆ ਆਪਣੀ ਟੀਮ ਦੇ ਲਈ ਇੱਕ ਹੋਰ ਸਾਰ ਹੀਰ ਹੈ ਭੋਲਾ ਔਰ ਉਹਦੇ ਫਾਦਰ ਸਾਹਿਬ ਵਿਸ਼ੇਸ਼ ਤੌਰ ਤੇ ਸਾਰੇ ਫਾਦਰ ਸਾਹਿਬ ਵਿਸ਼ੇਸ਼ ਤੌਰ ਤੇ ਸਾਡੇ ਦਰਗਾਹ ਚੱਲ ਕੇ ਆਪਣੀ ਮਾਂ ਦੀ ਖੁਸ਼ੀ ਦਾ ਹੈ ਔਰ ਬਹੁਤ ਬੜਾ ਧੰਨਵਾਦ ਹੈ, ਬਹੁਤ ਬਹੁਤ ਧੰਨਵਾਦ ਹੈ ਮੇਰੇ ਵੀਰੋ ਸਾਰੇ ਵੀਰਾਂ ਦਾ ਜਿੰਨੇ ਭਰਾ ਪੁੱਜਦੇ ਜਾ ਰਹੇ ਨੇ, ਸਾਡਾ ਵੀਰ ਹੈ ਸਾਡਾ ਮਿੱਤਰ ਹੈ ਉਹਨਾਂ ਦਾ ਵੀ ਧੰਨਵਾਦ ਹੈ, ਢੋਲਾ ਭਰਾ ਵੀ ਪੁੱਜਿਆ ਹੈ, ਬਹੁਤ ਬਹੁਤ ਧੰਨਵਾਦ ਹੈ ਬਿੱਲੇ ਫੌਜੀ ਦਾ ਔਰ ਨਾਲ ਏਕਮ ਦੁਬਈ ਕਵੀ ਪੰਡੇਰ ਆਸਟ੍ਰੇਲੀਆ ਜਸਮਨ ਕਨੇਡਾ ਜੱਗਾ USA ਅਮਨਦੀਪ ਕਹਿੰਦੇ ਮੇਰੇ ਵੀਰੋ ਸਾਡਾ ਵੀਰ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਸਾਰੀ ਸਾਹਿਬ ਦੀ ਕਮੇਟੀ ਦਾ ਜਿਹਨਾਂ ਨੇ ਵੱਡਾ ਖੇਡ ਮੇਲਾ ਕਰਾਇਆ ਭਰਾਏ ਸਾਡਾ ਹਰ ਬੈਠਾ ਸਟੇਜ ਤੇ ਬੜਾ ਕਿਵੇਂ ਵਧੀਆ ਰਿਸਪੋਂਸ ਆਪਾਂ ਉਹ ਭਰਾਵਾਂ ਦੀ ਧੰਨਵਾਦ ਕਰਦੇ ਹਾਂ। ਅਗਲੀ ਗੱਲ ਹਰਮਨ ਦੀ ਹੈ ਇਹਦਾ ਧੁੱਪ ਕਰਾ ਪੈਂਦਾ ਮੇਰੇ ਵੀਰੇ, ਬਹੁਤ ਸਾਰੇ ਫੈਸਲੇ ਪਤੇ ਹੋਣਗੇ ਪਰ ਸਾਡਾ ਜਿਹੜੀ ਬਾਰ ਦਾ ਐਕਸਟਰਾ ਸਕੋਰ ਆ ਗਿਆ ਕਦੇ ਗੋਪੀ ਢੋਲੇ ਦੀ ਗੱਲ ਕਦੇ ਰਵੀ ਅਰਗਿਆਂ ਦੀ ਗੱਲ ਕਦੇ ਕਦੇ ਗੱਲਾਂ ਜਿਹੜੀਆਂ ਸਾਡਾ ਭਰਾ ਕਦੇ ਨੱਥੋ ਕਹਿੰਦੇ ਹਰਦੀਪ ਦੀ ਨਾਲ ਭੋਲੇ ਕਦੇ ਕਦੇ ਗੱਲ ਚੱਲਦੀ ਹੈ ਬਦਲੇ ਔਰ ਗੱਲਾਂ ਕਦੇ ਵਧੀਆ ਹੁੰਦੀਆਂ ਔਰ ਸਭ ਦੇ ਬਾਲ ਪੰਜ ਬੜਾ ਫੇਰ ਜਿਹੜਾ ਕਹਿੰਦੇ ਪਵੇਗਾ ਖੇਡ ਦੇ ਦੌਰਾਨ ਵਿੱਚ ਪਹਿਲਾਂ ਕਹਿੰਦੇ ਫੱਡਾ ਔਰ ਗੱਲ ਸ਼ੱਕਿਆ ਦੇ ਖੜੀ ਹੈ ਧੂਰੀ ਵਾਲਾ ਹਰਮਨ ਔਰ ਸਾਰੇ ਪੰਨੇ 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 ਕਮਾਲ ਕਰ ਦਿੱਤੀ ਹੈ ਰਾਜਾ ਪਹਿਲੋਂ ਬਾਅਦ ਛੱਕੇ ਜਾਂਦੀ ਸੀ ਫਿਰ ਬਾਹਰ ਆ ਗਈ ਫੇਰ ਛੱਕੇ ਨੀ ਹੋ ਗਈ, ਦੇਖਣਾ ਕਿੰਨੀ ਸੋਹਣੀ ਟਰਾਈ ਕੀਤੀ ਆ ਹਰ ਪੱਲੇ ਬਣੇ ਹੋਈ ਆ ਵੱਲੋਂ 1,100 ਰੁਪਇਆ ਕਹਿੰਦੇ ਰਵੀ ਨੇ ਕਿਵੇਂ ਪਾਉਂਦਾ ਹੋਇਆ ਭੋਲਾ ਭਰਾ ਸਾਡਾ ਭੋਲਾ ਵੀਰ ਆ ਸਾਡਾ ਕਨੇਡਾ 1,100 ਰੁਪਇਆ ਰਵੀ ਨੇ ਤੇ ਉਧਰ 500 ਨਵੀਂ ਪਨੇਰ ਦੇ ਲਈ ਪਨੇਰ ਵੱਲੋਂ ਨਵੀਂ ਪਨੇਰ ਆਸਟ੍ਰੇਲੀਆ ਵੱਲੋਂ 500 ਰੁਪਇਆ ਮੇਰੇ ਵੀਰਾਂ ਫੀਲਡਿੰਗ ਤੋਂ ਪੁੱਛ ਗਏ
ਭਰਾ ਨੂੰ ਦਿੱਤਾ ਜਾਊਗਾ ਤਾਂ ਹਰਮਨ ਦੀ ਬਾਲ ਹੈ ਜੀਵਨ ਪ੍ਰੀਆ ਬੰਗੋ ਆਹ ਬੱਲੇ 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 ਠੀਕ ਹੈ ਸ਼ਾਟ ਇੱਕ ਰਨ ਦੇ ਵਾਧੇ ਜਿਹਦੇ ਕਹਿੰਦੇ ਜੁੜਦੇ ਨਜ਼ਰ ਆਉਂਦੇ ਹੈ ਇੱਕ ਸਕੋਰ ਫੇਲ ਜੁੜ ਗਿਆ ਉਹਦੇ 500 ਰੁਪਇਆ ਨਵੀਂ ਪਨੇਰ ਆਸਟ੍ਰੇਲੀਆ ਵਾਲੇ ਭਰਾ ਵੱਲੋਂ ਫੀਲਡਰ ਨੂੰ ਕਹਿੰਦੇ ਗ੍ਰੇਵੀ ਨੂੰ ਦਿੱਤਾ ਜਾ ਰਿਹਾ ਹੈ ਔਰ ਚਰਚੇ ਵੱਡੇ ਹੈ ਖੇਡ ਗਰਾਊਂਡ ਦੇ ਅੰਦਰ ਧੋਰੀਆਂ ਨੇ ਹਰਮਨ ਦੀ ਬਾਲ ਭੇਜੀ ਹੈ 1,00,000 ਰੁਪਇਆ ਕੌਣ ਜਿੱਤੂਗਾ ਅੱਜ ਦੇ ਖੇਡ ਮੇਲੇ ਦੇ ਉੱਪਰ ਨੋਟਬੱਦੀ ਵਾਲੇ ਦੇ ਫਾਈਨਲ ਦੇ ਵਿੱਚ ਭੁੱਜ ਗਏ ਹੈ ਅੱਜ ਦੇ ਕਹਿੰਦੇ ਡਿੱਗਦੇ ਢਿੰਦੇ ਆਹ ਮੁੰਡੇ ਫਾਈਨਲ ਦੇ ਵਿੱਚ ਭੁੱਜ ਗਏ ਹੈ ਇਧਰਲੇ ਪਾਸੇ ਜਿਹੜੇ ਵੀ ਕਹਿੰਦੇ ਇੱਥੋਂ ਤੱਕ ਭੁੱਜੇ ਹੈ ਉਹ ਡਿੱਗਦੇ ਢਿੰਦੇ ਹੀ ਭੁੱਜੇ ਹੈ ਕੋਈ ਸੌਖਾ ਨਹੀਂ ਭੁੱਜਿਆ ਗ੍ਰੇਵੀ ਇਧਰਲੇ ਪਾਸੇ ਅਗਲਾ ਰਨ ਫੇਰ ਮੁੰਡੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਔਰ ਜੀਵਨਪੁਰੀਆ ਬੰਗੋ ਜ਼ਿੰਮੇਵਾਰੀ ਨਾਲ ਖੇਡ ਰਿਹਾ ਹੈ ਜ਼ਿੰਮੇਵਾਰੀ ਦੇ ਨਾਲ ਜ਼ਿੰਮੇਵਾਰੀਆਂ ਸਭ ਦੀਆਂ ਬੜੀਆਂ ਰਾਜਾ ਮੇਲਾ ਵੱਡਾ ਬੜਾ ਵੱਡਾ ਲੱਖ ਇੱਥੇ ਲੱਖ ਦੂਜਾ 71,000 ਰਵੀ ਦੀ ਹੈ ਰਾਜੇ ਇਹਦੇ ਪੱਟੇ ਵਾਲਾ ਰਵੀ ਦੇ ਲਈ ਔਰ ਗੱਲਾਂ ਜਿਹੜੀਆਂ ਕਹਿੰਦੇ ਵੱਡੀਆਂ ਹੁੰਦੀਆਂ ਹਰਮਨ ਧੋਰੀ ਫੇਰ ਬਾਲ ਪਾਲੀ ਕਹਿੰਦੇ ਵਾਧਾ 57 ਹੋ ਗਏ 14 ਰਹਿ ਗਏ ਰਾਜੇ ਰਵੀ ਦੀ ਹੈ ਸਾਰੀ ਮੈਨੂੰ ਪੈਸੇ ਫੜਾ ਕੇ ਗਿਆ ਮੈਂ ਕਿਹਾ ਵੀ ਇਹ ਤਾਂ 1,200 ਰੁਪਈਆ ਕਹਿੰਦਾ ਕੋਈ ਗੱਲ ਨੀ ਚੱਲਣ ਦੇ ਵੀ ਸਰ ਦੀ ਕਮੇਟੀ ਦੇ ਬਾਹਰ ਹੀ ਅਮੀਰ ਹੈ ਔਰ ਮੇਰੇ ਵੀਰ ਉਧਰ 1,200 ਰੁਪਏ ਭਰਾ ਵੱਲੋਂ ਤੇ 500 ਨਵੀਂ ਆਸਟ੍ਰੇਲੀਆ ਵਾਲਾ ਭਨੇਰਾ ਦਾ ਕਾਕਾ ਹੈ ਨਵੀਂ ਭਨੇਰ ਵੱਲੋਂ 500 ਰੁਪਇਆ ਦਿੱਤਾ ਜਾਊਗਾ ਰੁਪਿਆ ਬੈਟਿੰਗ ਮੇਰੇ ਵੀਰੇ 1,700 ਬੈਟਿੰਗ ਨਵੀਂ ਦੇ ਲਈ ਮਾਸਟਰ ਜਸਵੀਰ ਸਿੰਘ 57 ਹੋ ਗਏ 57 ਠੀਕ ਕਲਾ 57 ਹੋ ਗਏ ਸਰਮਾਇਆ ਦਾ ਸਨਮਾਨ ਹਾਸਲ ਕਰਨਗੇ ਮਾਸਟਰ ਜੀ ਸਾਡੇ ਜਸਵੀਰ ਸਿੰਘ ਜੀ ਠੀਕ ਕਲਾ 14 ਰਹਿ ਗਏ ਕਮੈਂਟ ਆਉਣ ਲੱਗ ਗਏ ਓਏ ਕਹਿੰਦੇ ਬੌਂਗ ਦੀ ਵਿਕਟ ਆ ਗਈ ਕੁਛ ਵੀ ਹੋ ਸਕਦਾ ਲਓ ਦੋਨੋਂ ਪਾਸੇ ਮੇਰੇ ਵੀਰੋ ਫੇਰ ਗਰਾਊਂਡ ਦੇ ਅੰਦਰ ਖੇਡਿਆ ਸ਼ਾਟ ਇੱਕ ਸਕੋਰ ਫੇਰ ਜਿਹੜਾ ਇਸ ਸਮੇਂ ਜੁੜਦਾ ਨਜ਼ਰ ਆਉਂਦਾ ਹੈ ਥੋੜੇ ਬਣ ਗਏ ਥੋੜੇ ਬਾਕੀ ਹੈ ਦੂਜੇ ਰਨ ਦੀ ਪਾਈ ਹੈ ਪਰ ਫੇਰ ਗਰਾਊਂਡ ਦੇ ਅੰਦਰ ਇੱਕ ਸਕੋਰ ਜੁੜ ਗਿਆ ਮੇਰੇ ਵੀਰੋ ਔਰ ਮੁੰਡਾ ਕੱਪ ਕਰਾਂ ਦੀ ਧਰਤੀ ਦਾ ਗੱਭਰੂ ਬਾਲਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਹੈ ਤੇ ਕਹਿੰਦੇ ਮੇਰੇ ਵੀਰੋ 58 ਸਕੋਰ ਬਣ ਗਏ ਹੈ ਔਰ 12-13 ਦੇ ਕਰੀਬ ਰਨ ਜਿਹੜੇ ਬਾਕੀ ਹੈ ਨਵੀਂ ਮਨੀ ਤੰਗ ਵਾਲੀ ਬਾਲ ਕੋਲ 13 ਸਕੋਰ ਬਾਕੀ ਹੈ 17 ਬਾਲਾਂ ਔਰ 13 ਸਕੋਰ ਜਿਹੜੇ ਕਹਿੰਦੇ ਬਾਕੀ ਹੈ ਅਗਲੀ ਬਾਲ ਪਾ ਦੇ ਬੜਾ ਕਹਿੰਦੇ ਬਾਬਾ ਤੁੰਗ ਵਾਲੀ ਧਰਤੀ ਦਾ ਹਗੀ ਟੀਮ ਸਪਿਰਿਟ ਦੇਖ ਤੂੰ ਟੀਮ ਮੈਚ ਨਹੀਂ ਛੱਡ ਰਹੀ ਨਾਲੇ ਕਿੰਨੇ ਰਨ ਘੱਟ ਉਧਰ ਢੁੱਲਾ ਜੈਪੁਰ ਪ੍ਰਗਟ ਕਰਾਹਾ ਮੈਥੋਂ ਰਾਜਗੜ੍ਹ ਦਾ ਵੀ ਧੰਨਵਾਦ ਹੈ ਲੁਧਿਆਣੇ ਵਾਲਾ ਨਾਪੀ ਆਇਆ ਪੁਰਾਣੀ ਯਾਰੀ ਆ ਮੁੰਡੇ ਦੀ
ਸਿਆਣ ਵਾਲੇ ਭਰਾਵਾਂ ਨਾਲ ਪ੍ਰਾਣੀ ਆ ਰਹੀ ਹੈ ਲੁਧਿਆਣੇ ਵਾਲਾ ਨਾਤੀ ਪੁਜਿਆ ਇਧਰਲੇ ਪਾਸੇ ਦਾ ਔਰ ਸਾਹਮਣੇ 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 ਦਾ ਉਹ ਸੋਹਣੇ ਇੱਕ ਸਕੋਰ ਜੁੜ ਗਿਆ ਔਰ ਮੁੰਡਾ ਸਿਆਣ ਵਾਲਾ ਐਨ ਬੱਲੇ ਬੱਲੇ ਕਰਵਾਈ ਆਉਂਦੇ ਆ ਮੁੰਡੇ ਸਿਆਣ ਵਾਲੇ ਐਨ ਬੱਲੇ ਬੱਲੇ ਕਰਵਾਈ ਤੁਰੇ ਆਉਂਦੇ ਆ ਮਾਇਆ ਦੇ ਖੁੱਲੇ ਗੱਫੇ ਵੰਡ ਰਹੇ ਆ ਅੱਜ ਦੇ ਟੂਰਨਾਮੈਂਟ ਦੇ ਉੱਪਰ ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ ਰੰਗ ਬਿਰੰਗੇ ਝੰਡੇ ਝੂਲਦੇ ਆ ਔਰ ਕਹਿੰਦੇ ਅੱਜ ਦੇ ਦਿਨ ਦਾ ਦੂਜਾ ਸੈਮੀ ਚੱਲ ਰਿਹਾ ਹੈ ਲੋਟ ਵੱਡੀ ਫਾਈਨਲ ਦੇ ਵਿੱਚ ਪਹੁੰਚ ਗਈ ਹੈ ਜਿੱਤ ਗਈ ਇਸ ਮੁਕਾਬਲੇ ਵਿੱਚ ਉਹ ਖੇਡੂਗੀ ਓਏ ਇਹਨਾਂ ਦੀਆਂ ਸਟਿੱਪਣੀਆਂ ਪੈਂਚਰ ਨੇ ਮਨਪ੍ਰੀਤ ਮਾਨ ਮਨਪ੍ਰੀਤ ਮਾਨ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਅਗਲੀ ਗੱਲ ਪਾਉਣ ਦੇ ਲਈ ਗੱਭਰੂ ਔਰ ਗੱਲਾਂ ਹੋਈਆਂ ਨੇ ਵੀ ਕੋਈ ਕੋਲਾ ਕਿਉਂ ਹਰ ਕੋਈ ਚੱਕਰ ਨਹੀਂ ਹੋਣਾ ਹਰ ਸਮੇਂ ਫਤਿਹ ਕੀ ਬਗੈਰ ਹੋਵਾ ਕਰਤੇ ਹੈ ਭੇਰ ਦੀ ਢਾਈ ਰੋਠਾ ਗੱਭਰੂ ਪਰ ਸਾਰੇ ਸਾਹਮਣੇ 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 ਆਓ ਖੇਡਿਆ ਸ਼ਾਟ ਰਨ ਚਾਰ ਜੀਵਨਪੁਰੀ ਵਾਂਗੂ ਆਪਣੀ ਟੀਮ ਦੇ ਲਈ ਜੋੜ ਗਿਆ ਚਾਰ ਸਕੋਰ ਮੁੰਡੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤੇ ਹੈ ਵੱਖਰੀ ਗੱਲ ਕਰ ਦਿੱਤੀ ਹੈ ਔਰ ਮੁੰਡਾ ਜ਼ਿੰਮੇਵਾਰੀ ਨਾਲ ਖੇਡਿਆ ਹੈ ਵੱਡੀ ਜ਼ਿੰਮੇਵਾਰੀ ਨਾਲ ਮੇਰੇ ਵੀਰੋ ਖਿਡਾਰੀ ਨੇ ਕਹਿੰਦੇ ਖੇਡੀ ਖੇਡ ਵਿਖਾਈ ਹੈ ਉਧਰਲੇ ਪਾਸੇ ਜੀਵਨਪੁਰੀ ਹੋਰ ਪਿਆਰਾ ਬਾਲਾਂ ਦਾ ਸਾਹਮਣਾ ਕਰਨ ਦੇ ਲਈ ਧੰਨਵਾਦ ਹੈ ਜਸਮਨ ਕਨੇਡਾ ਨਵੀਂ ਪਨੇਰ ਆਸਟ੍ਰੇਲੀਆ ਗੁਰਜੱਟ ਜੰਟਾ ਬਿੱਲਾ ਫੌਜੀ ਬਿੱਲਾ ਸਾਹਿਬ ਜੱਗਾ ਪਨੇਰੀ ਯੂਐਸਏ ਅਮਨਦੀਪ ਕਨੇਡਾ ਜਤਿੰਦਰ ਸਾਹਿਬ ਦਾ ਸਾਰੇ ਭਰਾਵਾਂ ਦਾ ਧੰਨਵਾਦ ਕਰ ਰਹੇ ਹੈ ਇੱਕ ਦੁਬਈ ਦਾ ਔਰ ਜਿੰਨੇ ਵੀਰ ਨੇ ਸਾਡੇ ਪਰ ਚੱਲਦੇ ਮੁਕਾਬਲੇ ਦੇ ਉੱਪਰ ਲਗਭਗ ਕੁੱਪ ਕਲਾਂ ਦੀ ਟੀਮ ਨੇ ਵੀਰੇ ਪਕੜ ਬਣਾ ਗਈ ਜੀ ਦੱਸੋ ਇੱਕ ਵਾਰੀ ਦੋ ਰਹਿ ਗਏ ਦੋਸਤੋ ਬਾਕੀ ਹੈ ਜੀ ਚਾਰਦਾ ਮੈਚ ਸਮਾਪਤੀ ਵਾਲਾ ਕੁੱਪ ਵਾਲੇ ਮੁੰਡੇ ਬੱਲੇ ਬੱਲੇ ਕਰਵਾ ਗਏ ਹੈ ਸਮਾਪਤ ਮੈਚ ਸੋਹਣੀ ਬਾਹਰ ਸੋਹਣਾ ਸ਼ਾਟ ਇੱਥੇ ਰੱਖ ਇੱਥੇ ਰੱਖ ਚਾਰਦਾ ਮੈਚ ਸਮਾਪਤ ਹੈ ਔਰ ਚਾਰਦੇ ਮੈਚ ਵਿੱਚ ਜਿੱਤ ਗਈ ਟੀਮ ਜਿਹੜੀ ਕੁੱਪ ਦੀ ਕੁੱਪ ਕਲਾਂ ਜੇਤੂ ਆ ਵੀਰੇ ਕੁੱਪ ਕਲਾਂ ਤੇ ਲੋਟ ਬੱਦੀ ਦੋਨਾਂ ਦਾ ਫਾਈਨਲ ਹੋਊਗਾ ਜੀ ਇੱਕ ਤੀਜੇ ਚੌਥੇ ਲਈ ਵੀਰੇ ਮੈਚ ਹੋਊਗਾ 21,000 ਤੇ 11,000 ਦਾ ਤੀਜੇ ਚੌਥੇ ਲਈ ਹੋਊਗਾ ਮੈਚ ਹੋਊਗਾ ਜੀ 21-11 ਪ੍ਰਾਈਜ਼ ਦੀ ਮੈਚ ਥੋੜਾ ਟਾਸਕ ਕਰ ਲੈ ਨਾਲੇ ਮੈਰੋ ਤੋਂ ਮੈਚ ਪੁੱਛੀ ਲੈ ਦੇ ਨਾਲੇ ਵੀਰੇ ਪ੍ਰਬੰਧਕ ਵੀਰਾਂ ਵੱਲੋਂ ਬੇਨਤੀ ਹੈ ਜੀ ਇੱਕ